ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦਰਸ਼ਕੋ ਮੈਂ ਤੁਹਾਡਾ ਗੁਰਲਾਲ ਫਿਰ ਹਾਜ਼ਰ ਪ੍ਰੋਗਰਾਮ ਓਪਨ ਪਲੇਟਫਾਰਮ ਲੈ ਕੇ ਦਰਸ਼ਕੋ ਮੈਂ ਤੁਹਾਡੇ ਰੂਬਰੂ ਹੁੰਨਾ ਟਿਊਜ਼ਡੇ ਵੈਂਸਡੇ ਥਰਸਡੇ ਸ਼ਾਮ ਨੂੰ 9 ਵਜੇ ਪੈਸੀਫਿਕ ਟਾਈਮ ਸਾਡੇ ਕੈਲੀਫੋਰਨੀਆ ਸਟੂਡੀਓ ਤੋਂ ਦਰਸ਼ਕੋ ਦੁਆ ਕਰਤੇ ਹੈ ਪਰਵਰਦਿਗਾਰ ਸੇ ਕਿ ਚਿਰਾਗ ਜਲਤੇ ਰਹੇ ਦੁਆ ਕਰਤੇ ਹੈ ਪਰਵਰਦਿਗਾਰ ਸੇ ਕਿ ਚਿਰਾਗ ਜਲਤੇ ਰਹੇ ਲੇਕਿਨ ਉਸੀ ਪਰਵਰਦਿਗਾਰ ਕੀ ਰਹਿਮਤ ਮੇਂ ਹਵਾਓਂ ਕਾ ਚਲਨਾ ਵੀ ਜ਼ਰੂਰੀ ਹੈ। दर्शकों बहुत कुछ नवा वापर गया। मैं हवावां दी गल कीती है अपने किसान संघर्ष दे विच करीब करीब 6 महीनों का टाइम दिल्ली दी बरूहां ते हो गया ते जे पंजाब दी पिछों गल करिए ते 10-11 महीनों का टाइम टोटल हो गया विच वाढ़ियां भी पईयां विच बरसातां भी आईयां ठंड भी पई ते हुण गर्मी भी जोरां ते है पर सिदक ते संयम किसान ते किसान जथेबंदियां दा सल्यूट मंगदा। दर्शकों ਆਪਾਂ ਗੱਲ ਕਰਦੇ ਹਾਂ ਕਿ ਵਿੱਚ ਜਿਹੜੇ ਚਿਰਾਗ ਜਲਦੇ ਆ ਹਵਾਵਾਂ ਨਾਲ ਕਈ ਵਾਰ ਬੁੱਝ ਵੀ ਜਾਂਦੇ ਆ ਮਾੜੀਆਂ ਹਵਾਵਾਂ ਚਿਰਾਗ ਬੁਝਾ ਵੀ ਦਿੰਦੀਆਂ। ਬਹੁਤ ਕੁਛ ਨਵਾਂ ਵਾਪਰ ਗਿਆ ਪਿਛਲੇ ਵੀਰਵਾਰ ਤੋਂ ਜਦੋਂ ਤੋਂ ਮੈਂ ਪ੍ਰੋਗਰਾਮ ਕਰਕੇ ਗਿਆ ਅਤੇ ਅੱਜ ਤੱਕ ਆਪਾਂ ਗੱਲ ਕਰਾਂਗੇ ਪਰ ਸਭ ਤੋਂ ਮੰਦਭਾਗੀ ਘਟਨਾ ਇੱਕ ਵਾਪਰੀ ਟਿੱਕਰੀ ਬਾਰਡਰ 'ਤੇ ਕਿ ਕਿਸੇ ਧੀ ਭੈਣ ਨਾਲ ਧੱਕਾ ਹੁੰਦਾ ਆ ਕੋਈ ਰੇਪ ਦੀ ਸੂਚਨਾ ਆਉਂਦੀ ਪਰ ਉਹ 2-3 ਦਿਨ ਬਾਅਦ ਕੋਈ ਕਾਰਵਾਈ ਨਹੀਂ ਹੁੰਦੀ। ਅੱਜ ਦੀ ਲੇਟੈਸਟ ਖਬਰ ਜਿੰਨੇ ਮੂੰਹ ਉਨੀਆਂ ਗੱਲਾਂ ਹਰੇਕ ਨਾਲ ਦੱਸ ਰਿਹਾ ਕਿ ਫਲਾਣੇ ਨੇ ਦਬਾਉਣ ਦੀ ਕੋਸ਼ਿਸ਼ ਕੀਤੀ ਧੀਂਗੜੇ ਨੇ ਦਬਾਉਣ ਦੀ ਕੋਸ਼ਿਸ਼ ਕੀਤੀ ਨਹੀਂ ਜੀ ਉਹਦਾ ਬਾਪ ਹੀ ਕਾ। ਦਰਸ਼ਕੋ ਕੋਈ ਵੀ ਲੜਕੀ ਆਪਦੀ ਇੱਜ਼ਤ ਬਾਹਰ ਖਿਲਾਰਨਾ ਨਹੀਂ ਮੰਗੂਗੀ। ਸਾਨੂੰ ਬਹੁਤ ਕੁਐਸਚਨ ਮੇਰੇ ਕੋਲ ਆਏ ਕਿ ਤੁਸੀਂ ਬੜੀ ਕਿਸਾਨ ਸੰਘਰਸ਼ ਦੀ ਗੱਲ ਕਰਦੇ ਹੋ ਪਰ ਉਹਦੇ ਵਿੱਚ ਆਹ ਕੁਛ ਹੋ ਰਿਹਾ ਜ਼ਰੂਰੀ ਨਹੀਂ ਹੁੰਦਾ ਕਿ ਉਹਦੇ ਵਿੱਚ ਜਿਹੜੇ ਬੰਦੇ ਇਨਵਾਲਵ ਸਭ ਕੁਛ ਆਹ ਕਰਦੇ ਪਰ ਸ਼ਰਾਰਤੀ ਤੋਂ ਮਾੜੀਆਂ ਹਵਾਵਾਂ ਚਿਰਾਗ ਬੁਝਾ ਦਿੰਦੀਆਂ। ਆਪਣੇ ਕੋਲ ਹੋਰ ਨਿਊਜ਼ ਬਹੁਤ ਹੈ ਕਿ ਕਾਂਗਰਸ ਦੇ ਵਿੱਚ ਜਿਹੜਾ ਪੰਜਾਬ ਕਾਂਗਰਸ ਦੇ ਕਾਟੋ ਕਲੇਸ ਪਿਆ ਹੋਇਆ ਲੇਟੈਸਟ ਕੀ ਹੈ ਉਹਦੇ ਵਿੱਚ ਉਸ ਤੋਂ ਬਾਅਦ ਹੋਰ ਕੀ ਚੱਲ ਰਿਹਾ ਕਰੋਨਾ ਮਹਾਂਮਾਰੀ ਨੂੰ ਲੈ ਕੇ ਇਹਨਾਂ ਸਾਰਿਆਂ 'ਤੇ ਝਾਤ ਪਾਉਣ ਲਈ ਆਪਣੇ ਨਾਲ ਸੀਨੀਅਰ ਪੱਤਰਕਾਰ ਪੰਜਾਬ ਤੋਂ ਜੁੜੇ ਹੋਏ ਨੇ ਸਰਦਾਰ ਮਾਲਵਿੰਦਰ ਸਿੰਘ ਮਾਲੀ। ਆਪਾਂ ਉਹਨਾਂ ਦਾ ਪਹਿਲਾਂ ਸਵਾਗਤ ਕਰਾਂਗੇ ਅਤੇ ਫਿਰ ਪ੍ਰੋਗਰਾਮ ਸ਼ੁਰੂ ਕਰਾਂਗੇ। ਮਾਲੀ ਸਾਹਿਬ ਬਹੁਤ ਬਹੁਤ ਸਵਾਗਤ ਜੀ ਤੁਹਾਡਾ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ 'ਤੇ ਜੀ। ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਤੁਹਾਡੀ ਟੀਮ ਨੂੰ ਅਤੇ ਸਾਰੇ ਦਰਸ਼ਕਾਂ ਨੂੰ ਜੀ। ਮਾਲੀ ਸਾਹਿਬ ਉੱਥੇ ਬੈਠੇ ਹੋ ਰੋਜ਼ ਸਵੇਰ ਨੂੰ ਤਾਜ਼ਾ ਜਾਂ ਦੁਪਹਿਰ ਨੂੰ ਜਾਂ ਸ਼ਾਮ ਨੂੰ ਬੁਲੇਟਿਨ ਤੁਸੀਂ ਦੇਖਦੇ ਹੋਵੋਗੇ ਪ੍ਰਿੰਟ ਮੀਡੀਆ 'ਤੇ ਸੋਸ਼ਲ ਮੀਡੀਆ 'ਤੇ ਇਹ ਇਲੈਕਟ੍ਰੋਨਿਕ ਮੀਡੀਆ 'ਤੇ ਇੱਥੇ ਬੈਠੇ ਹਾਂ ਜਿਹੜੇ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਆਉਂਦੀਆਂ ਨੇ ਪਰ ਚਰਚਾਵਾਂ ਹਵਾਵਾਂ ਦੇ ਵਿੱਚ ਡਿਫਰੈਂਟ ਹੁੰਦੀਆਂ ਨੇ। ਜਿਹੜੀ ਆ ਮੰਦਭਾਗੀ ਘਟਨਾ ਵਾਪਰੀ ਹੈ ਟਿੱਕਰੀ ਬਾਰਡਰ 'ਤੇ ਤੁਸੀਂ ਸਾਨੂੰ ਦੱਸੋ ਕਿ ਅਸਲ ਵਿੱਚ ਮਾਜਰਾ ਕੀ ਹੈ ਅਤੇ ਡਿਲੇ ਕਿਉਂ ਹੋਇਆ ਕਿਸੇ ਦੀ ਗ੍ਰਿਫਤਾਰੀ 'ਤੇ ਜਾਂ ਕਿੱਦਾਂ? ਦੇਖੋ ਜੀ ਇਹ ਬੜੀ ਮੰਦਭਾਗੀ ਘਟਨਾ ਵੀ ਆ ਬਹੁਤ ਅਫਸੋਸਨਾਕ ਘਟਨਾ ਵੀ ਆ। ਉਹ ਮੋਰਚਾ ਜਦੋਂ ਦਿੱਲੀ ਪਹੁੰਚਿਆ ਹੁਣ ਤੱਕ ਇਹ ਖਬਰਾਂ ਅਸੀਂ ਸੁਣਦੇ ਰਹੇ ਹਾਂ ਕਿ ਸਥਾਨਕ ਬੱਸਾਂ ਅਤੇ ਸਥਾਨਕ ਬੀਬੀਆਂ ਬੜੇ ਮਾਣ ਨਾਲ ਇਹ ਕਹਿੰਦੀਆਂ ਸੀ ਵੀ ਇੱਥੇ ਬਹੁਤ ਕੁਛ ਵਾਪਰਦਾ ਸੀ ਪਹਿਲਾਂ ਪਰ ਜਿੱਦੇ ਨਾਲ ਇਹ ਮੋਰਚਾ ਆਇਆ ਅਸੀਂ ਸੁਰੱਖਿਅਤ ਮਹਿਸੂਸ ਕਰਦੇ ਹਾਂ ਜੀ। ਆਉਣ ਜਾਣ ਦੇ ਵਿੱਚ ਹਰ ਇੱਕ ਗੱਲ ਦੇ ਵਿੱਚ ਅਸੀਂ ਸੇਫ ਮਹਿਸੂਸ ਕਰਦੇ ਹਾਂ ਜੀ। ਸੋ ਇੰਨਾ ਇੱਕ ਇਹੋ ਜਿਹੇ ਹਾਲਤ ਦੇ ਪ੍ਰਸੰਗ 'ਚ ਜਦੋਂ ਲੋਕਲ ਬੱਸਾਂ ਸਾਰੇ ਕਹਿ ਰਹੇ ਹੋਣ ਕਿ ਇਹ ਲੋਕ ਉਹ ਨੇ ਜਿਹੜੇ ਸੇਵਾ ਵਾਲੇ ਵੀ ਨੇ ਜਿਹੜੇ ਇੱਜ਼ਤਾਂ ਦੇ ਵੀ ਸਾਂਝੀ ਨੇ ਸੋ ਇਹੋ ਜਿਹੇ ਹਾਲਾਤ ਦੇ ਵਿੱਚ ਖਬਰ ਆਉਣੀ ਬਿਲਕੁਲ ਅਫਸੋਸਨਾਕ ਆ ਮੰਦਭਾਗੀ ਆ। ਪਰ ਤੁਸੀਂ ਇਹ ਦੇਖ ਲਓ ਵੀ ਐਡਾ ਵੱਡਾ ਅੰਦੋਲਨ ਆ ਜੀ ਉਹਦੇ ਵਿੱਚ ਅੰਨਾਂ ਦੀਆਂ ਘਟਨਾਵਾਂ ਵਾਪਰਨ ਨੂੰ ਅਸੀਂ ਇਹਦੀ ਮੂਲੋਂ ਸੁਭਾਵਨਾ ਨਹੀਂ ਰੱਦ ਕਰ ਸਕਦੇ ਪਰ ਚਾਹੀਦਾ ਇਹ ਆ ਕਿ ਇਸ ਮੋਰਚੇ ਨੇ ਔਰਤ ਸ਼ਕਤੀ ਨੂੰ ਜਿੰਨਾ ਜ਼ੋਰ ਨਾਲ ਉਭਾਰਿਆ ਜੀ ਕਿੰਨੀ ਉਹਨਾਂ ਦੀ ਸ਼ਮੂਲੀਅਤ ਕਰਾਈ ਆ ਸਰਗਰਮ ਸ਼ਮੂਲੀਅਤ ਕਰਾਈ ਆ ਕਿਸੇ ਔਰਤ ਦਿਵਸ 'ਤੇ ਉਹਨਾਂ ਨੂੰ ਪੇਜਾਂ ਵੀ ਦਿੱਤੀਆਂ ਨੇ ਕਿੰਨੀਆਂ ਔਰਤਾਂ ਨੇ ਜਿਹੜੀਆਂ ਦੇ ਵਿੱਚੋਂ ਆਗੂ ਬਣ ਕੇ ਉੱਭਰ ਰਹੀਆਂ ਨੇ ਜੀ ਉਹ ਲੀਡ ਕਰਦੀਆਂ ਨੇ ਹਰ ਇੱਕ ਲੈਵਲ 'ਤੇ ਚਾਹੇ ਟਰਾਲੀ ਤੋਂ ਲੈ ਲਓ ਲੰਗਰ ਤੋਂ ਲੈ ਲਓ ਸਟੇਜ ਤੱਕ ਵੀ ਉਹ ਕਰ ਰਹੀਆਂ ਨੇ ਜੀ ਜੀ। ਹੁਣ ਇਹ ਜਿਹੜੀ ਘਟਨਾ ਵਾਪਰੀ ਆ ਜਿਹਦਾ ਪਿਛੋਕੜ ਇਹ ਆ ਕਿ ਹਰਿਆਣੇ ਇੱਕ ਗਰੁੱਪ ਆ ਕਿਸਾਨ ਭੀਮ ਆਰਮੀ ਜੀ ਜੀ ਉਹ ਗਰੁੱਪ ਦਾ ਉੱਥੇ ਵੱਖਰੀ ਟੈਂਟ ਲੱਗਿਆ ਹੋਇਆ ਸੀ ਉਹਦੇ ਵਿੱਚ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਰਹੇ ਲੋਕ ਵੀ ਸ਼ਾਮਿਲ ਸੀ ਤੇ ਗੁਰਨਾਮ ਸਿੰਘ ਜਰੂਰੀਆਂ ਜਿਹੜੇ ਉਹਨਾਂ ਦਾ ਵੀ ਉਹਨਾਂ ਨੂੰ ਆਸ਼ੀਰਵਾਦ ਹਾਸਿਲ ਸੀ ਉਹਨਾਂ ਦੀਆਂ ਟੈਂਟ ਜਾਣ ਦੀਆਂ ਮੀਟਿੰਗਾਂ ਕਰਨੀਆਂ ਇਹਨਾਂ ਸਾਹਮਣੇ ਆ ਜਾਂਦੀਆਂ ਜੀ। ਜਦੋਂ ਕਿਸਾਨ ਬੰਗਾਲ ਗਏ ਨੇ ਨਾ ਜੀ ਇਹਨਾਂ ਨੇ ਫੈਸਲਾ ਕੀਤਾ ਵੋਟ ਦੀ ਟੋਟ ਭਾਜਪਾ ਨੂੰ ਹਰਾਉਣ ਵਾਲੀ ਗੱਲ ਕੀਤੀ ਆ ਉਦੋਂ ਇਹ ਆਰਮੀ ਵਾਲੇ ਕਿੱਥੇ ਜਾਣੇ
ਜਿਹਦੇ ਵਿੱਚ ਚਾਰ ਨੌਜਵਾਨ ਸੀ, ਦੋ ਬੀਬੀਆਂ ਸੀ, ਇਹ ਵੀ ਉੱਥੇ ਪ੍ਰਚਾਰ ਕਰਨ ਲਈ ਗਏ ਸੀ ਜੀ। ਉੱਥੇ ਪ੍ਰਚਾਰ ਦੌਰਾਨ ਇਹ ਬੀਬੀ ਆ ਜਿਹੜੀ ਇਹਨਾਂ ਦੇ ਸੰਪਰਕ 'ਚ ਆਈ, ਇਹ ਮਾਂ ਦਾਦਾ ਅਤੇ ਇੱਕ ਦੁਖਦਾਈ ਗੱਲ ਇਹ ਹੈ ਕਿ ਇਹਦੇ ਮਾਤਾ ਪਿਤਾ ਨੇ ਜਿਹੜੇ ਵੱਖੋ ਵੱਖ ਰਹਿੰਦੇ ਨੇ, ਇਹ ਆਪਣੇ ਪਿਤਾ ਨਾਲ ਰਹਿੰਦੀ ਹੈ ਜੀ। ਕੁੜੀ ਪ੍ਰਭਾਵਿਤ ਸੀ ਪਹਿਲਾਂ ਵੀ ਕਿਸਾਨ ਅੰਦੋਲਨ ਤੋਂ, ਉੱਥੋਂ ਵੀ ਪ੍ਰਭਾਵਿਤ ਹੋਈ, ਉਹਨੇ ਮਾਂ ਬਾਪ ਕੋਲੇ ਕਿਹਾ ਵੀ ਮੈਂ ਆਪ ਜਾ ਕੇ ਉਹ ਜਿਹਨੂੰ ਅਸੀਂ ਤੀਰਥ ਸਥਾਨ ਕਹਿੰਦੇ ਆਮ ਤੌਰ 'ਤੇ, ਜੀ ਮੈਂ ਉੱਥੇ ਜਾ ਕੇ ਉਹ ਦੇਖ ਲਉਂ ਜੀ। ਉਹ ਬੀਬੀ ਦੇ ਨਾਲ ਜਿਹੜੀਆਂ ਦੋ ਬੀਬੀਆਂ ਸੀ, ਬੀਬੀ ਤਾਂ ਪਹਿਲੀ ਆ ਗਈ ਦੋ ਚਾਰ ਦਿਨ ਆਪਦੇ ਰਲੇਵਿਆਂ ਕਰਕੇ, ਚਾਰ ਮੁੰਡੇ ਇੱਕ ਹੋਏ ਅਤੇ ਕੁੜੀ ਉਹਨਾਂ ਦੇ ਨਾਲ ਆਏ ਟ੍ਰੇਨ ਦੇ ਵਿੱਚ ਜੀ। ਉੱਥੇ ਆ ਕੇ ਕੁਦਰਤੀ ਜਿਹਨਾਂ ਦੇ ਨਾਲ ਆਈ ਉਹਨਾਂ ਦੇ ਟੈਂਟ 'ਚ ਇਹਨੇ ਰਹਿਣਾ ਸੀ, ਪਰ ਉਹਦੇ ਇਹਨੇ ਮਹਿਸੂਸ ਕੀਤਾ, ਕਿਸੇ ਨੂੰ ਦੱਸਿਆ ਕਿ ਮੈਂ ਇੱਥੇ ਰਹਿਣਾ ਨਹੀਂ ਚਾਹੁੰਦੀ ਇਹਨਾਂ ਨਾਲ। ਅੱਛਾ ਜੀ। ਚਲੋ ਉਹਨਾਂ ਨੇ ਇੱਕ ਠੀਕ ਅਨਕਮ ਦਿੱਤੇ, ਉਹਨਾਂ ਨੇ ਨਾਲ ਦੇ ਟੈਂਟ ਦੇ ਵਿੱਚ ਇਹਨੂੰ ਸ਼ਿਫਟ ਕਰਤਾ, ਇੱਕ ਲੜਕੀ ਹੋਰ ਆ ਸ਼ਾਇਦ ਕਰਤਾ ਉਹਦਾ ਨਾਂ, ਵੀ ਤੁਸੀਂ ਇਹਨਾਂ ਦੇ ਕੋਲ ਰਹੋ ਜੀ। ਇਸੇ ਸਮੇਂ ਤਰ੍ਹਾਂ ਕੁਦਰਤੀ ਉਹਦੀ ਸਿਹਤ ਖਰਾਬ ਹੋਣ ਲੱਗ ਗਈ, ਸਿਹਤ ਖਰਾਬ ਹੋਣ ਜਦੋਂ ਲੱਗ ਗਈ ਫਿਰ ਇਹ ਸੋਚਿਆ ਗਿਆ ਵੀ ਉਹਨੂੰ ਉਹਦੇ ਘਰੇ ਭੇਜ ਦਿਓ। ਅੱਛਾ ਜੀ। ਭਾਵਨਾ ਤਾਂ ਉਹਨੂੰ ਛੱਡਣ, ਇਸ ਸਮੇਂ ਤਰ੍ਹਾਂ ਜਗਿੰਦਰ ਯਾਦਵ ਉਹਨਾਂ ਨਾਲ ਸੰਪਰਕ 'ਚ ਆਇਆ ਜੀ, ਕਿ ਉਹਨੇ ਕੁੜੀ ਨੇ ਆਪਦੇ ਪਿਤਾ ਨੂੰ ਫੋਨ ਕੀਤਾ ਵੀ ਮੈਂ ਇੱਥੇ ਠੀਕ ਨਹੀਂ ਮਹਿਸੂਸ ਕਰਦੀ, ਮੈਂ ਬਿਮਾਰ ਵੀ ਹਾਂ, ਅਤੇ ਉਹਨਾਂ ਨੇ ਉਹਨਾਂ ਨਾਲ ਗੱਲ ਕੀਤੀ ਪਤਾ ਕਰੋ। ਉਹਨਾਂ ਨੇ ਕਿਹਾ ਤੁਸੀਂ ਇਹਨਾਂ ਨੂੰ ਘਰੇ ਛੱਡਿਓ, ਪਰ ਜਦੋਂ ਪਤਾ ਕੀਤਾ ਕਿ ਉਹ ਘਰੇ ਛੱਡਣ ਦੀ ਥਾਂ ਹਰਿਆਣੇ ਦੇ ਵਿੱਚ ਘੁੰਮ ਰਹੇ ਨੇ, ਉਹ ਵਾਰਤਾ ਬੜੀ ਡਿਟੇਲ ਚਾਹੀਦੀ ਹੈ। ਜਗਿੰਦਰ ਯਾਦਵ ਨੇ ਦੱਸਿਆ ਕਿ ਮੇਰੀ ਘਰਵਾਲੀ ਨੇ ਗੱਲ ਕੀਤੀ, ਉਹ ਬੰਗਾਲੀ ਜਾਣਦੀ ਹੈ, ਕੁਛ ਬੇਟੀ ਬੰਗਾਲੀ ਜਾਣਦਾ। ਮੈਂ ਉਹਨਾਂ ਨੂੰ ਕਿਹਾ ਤੁਸੀਂ ਕਹਿੰਦੇ ਕਿੱਥੇ ਛੱਡਣ ਜਾ ਰਹੇ ਹੋ ਅਤੇ ਤੁਸੀਂ ਫਿਰ ਹੱਸਦੇ ਹੋ, ਲੋਕੇਸ਼ਨ ਆ। ਉਹਨੇ ਕੁੜੀ ਨੂੰ ਬੰਗਾਲੀ 'ਚ ਕਿਹਾ ਵੀ ਲੋਕੇਸ਼ਨ ਭੇਜ, ਉਹਨੇ ਲੋਕੇਸ਼ਨ ਭੇਜੀ, ਉਹਨੂੰ ਕਿਹਾ ਵੀ ਸਿਕਰੀ ਬਾਰਡਰ 'ਤੇ ਛੱਡਿਓ ਜੀ। ਉਹ ਘਬਰਾਏ ਹੋਏ ਵੀ ਸੀ, ਉਹ ਜਿਹੜੀ ਉੱਥੇ ਇੱਕ ਲਾਇਬ੍ਰੇਰੀ ਚੱਲਦੀ ਆ ਉਹਦੇ ਵਿੱਚ ਉਹਨੂੰ ਛੱਡਿਆ ਹੈ ਉੱਥੇ ਜੀ। ਉਹ ਲਾਇਬ੍ਰੇਰੀ ਦਾ ਜਿਹੜੀ ਜਿਹੜਾ ਕਿਸਾਨ ਸਭਾ ਦਾ ਜਿਹੜਾ ਸਿਆਸੀ ਤੌਰ 'ਤੇ ਲਿਬਰੇਸ਼ਨ ਪਾਰਟੀ ਦਾ ਗਰੁੱਪ ਉਹ ਚਲਾ ਰਿਹਾ ਜੀ ਜੀ ਜੀ। ਉਹ ਸਾਰਾ ਦਿਨ ਉੱਥੇ ਰਹੀ, ਉੱਥੇ ਬੰਦੇ ਤਾਂ ਹੈਗੇ ਸੀ ਪਰ ਸੀਨੀਅਰ ਬੰਦੇ ਨਹੀਂ ਸੀ, ਉਹ ਦੂਜੇ ਪਾਸੇ ਮੀਟਿੰਗਾਂ 'ਚ ਗਏ ਹੋਏ ਸੀ ਜੀ। ਉਹ ਜਿਹੜਾ ਗਰੁੱਪ ਆ ਉਹ ਹੈ ਸੁਖਦਰਸ਼ਨ ਸਿੰਘ ਨੱਟ ਲਿਬਰੇਸ਼ਨ ਦਾ ਆਗੂ ਆ ਜੀ। ਉਹਨਾਂ ਦਾ ਸਾਰਾ ਪਰਿਵਾਰ ਹੈ ਉੱਥੇ ਮੋਰਚੇ ਦੇ ਵਿੱਚ ਆ, ਬੇਟਾ ਉਹਨਾਂ ਦਾ ਅਜੇ ਪਾਲ ਨੱਟ, ਉਹਨਾਂ ਦੀ ਬੇਟੀ ਆ ਡਾਕਟਰ ਨਵਚਰਨ ਨੱਟ, ਉਹਨਾਂ ਦੀ ਪਤਨੀ ਆ ਸੁਰਜੀਤ ਅਤੇ ਸੁਵੀਰ ਕੌਰ ਜੀ ਜੀ। ਉਹ ਉਹਨਾਂ ਦੇ ਕੋਲ ਆ ਗਈ, ਉਹਨਾਂ ਦੇ ਹਵਾਲੇ ਹੋ ਗਈ, ਉਹਨਾਂ ਨੇ ਉਹਦਾ ਧਿਆਨ ਰੱਖਿਆ, ਜਿਹੜੀ ਡਾਕਟਰ ਨੱਟ ਸੀ ਉਹ ਵੀ ਉਹਦੀ ਦੇਖਭਾਲ ਕਰਦੀ ਰਹੀ, ਉਹਦੇ ਨਾਲੇ ਪੈਂਦੀ ਰਹੀ। ਜਦੋਂ ਦੇਖਿਆ ਵੀ ਤਬੀਅਤ ਖਰਾਬ ਆ, ਉਹਨਾਂ ਨੇ ਕੋਸ਼ਿਸ਼ ਕੀਤੀ ਦੀ ਆਈ ਰੋਕ ਲਿਜਾਣ ਦੀ, ਦੁੱਖ ਸੰਕਟ ਆ ਉਹਦੇ ਵਿੱਚ ਬੈੱਡ ਨਾ ਮਿਲਿਆ, ਤਾਂ ਉਹਨੂੰ ਮੁੜ ਕੇ ਭਾਰਤਗੜ੍ਹ ਪ੍ਰਾਈਵੇਟ ਹਸਪਤਾਲ 'ਚ ਭਰਤੀ ਕਰਾਇਆ ਜੀ। ਉਹਨਾਂ ਦੇ ਪਿਤਾ ਨੂੰ ਸੂਚਨਾ ਦੇ ਦਿੱਤੀ ਗਈ ਇਹਦੀ, ਤੇ ਉਹ ਕੁੜੀ ਨੇ ਇਹ ਵੀ ਦੱਸਿਆ ਕਿ ਮੇਰੇ ਨਾਲ ਛੇੜਖਾਨੀ ਹੋਈ, ਉਹਨੇ ਬਲਾਤਕਾਰ ਦੀ ਗੱਲ ਨਹੀਂ ਕਹੀ, ਛੇੜਖਾਨੀ ਹੋਈ ਦੀ ਗੱਲ ਸਾਹਮਣੇ ਆ ਗਈ ਸੀ। ਉਹ ਐਂ ਸੀ ਵੀ ਚਲੋ ਉਹਦਾ ਉਹ ਮਸਲਾ ਆ ਗਿਆ ਜੀ, ਦੇ ਵਿੱਚ ਆ ਗਿਆ, ਜਥੇਬੰਦੀਆਂ 'ਚ ਆ ਗਿਆ, ਸਾਫ ਪੰਚਾਇਤਾਂ 'ਚ ਵੀ ਆ ਗਿਆ, ਤੇ ਉਹਨਾਂ ਦਾ ਪਿੰਡ ਉੱਥੋਂ ਉਖਾੜ ਤਾ। ਉਹਨਾਂ ਨੂੰ ਕਿਹਾ ਵੀ ਤੁਸੀਂ ਵੀ ਛੱਡ ਕੇ ਚਲੇ ਜਾਓ, ਕਿਉਂਕਿ ਘਟਨਾ ਛੇੜਛਾੜ ਤੱਕ ਸੀ ਉਦੋਂ ਤੱਕ, ਕੁੜੀ ਨਾਲ ਮਿਸਬਿਹੇਵ ਕੀਤਾ, ਅਸਾਲਟ ਕਹਿ ਸਕਦੇ ਹੋ, ਕੋਈ ਇਸ ਤਰ੍ਹਾਂ ਦਾ ਗੈਂਗ ਰੇਪ ਦੀ ਗੱਲ ਜਾਂ ਬਲਾਤਕਾਰ ਦੀ ਗੱਲ ਨਹੀਂ ਸੀ ਸਾਹਮਣੇ ਆਈ ਜੀ। 10-12 ਦਿਨਾਂ ਬਾਅਦ ਉਹਦੇ ਪਿਤਾ ਜੀ ਵੀ ਆ ਗਏ, ਉਹਨਾਂ ਨਾਲ ਵੀ ਗੱਲਾਂ ਬਾਤਾਂ ਹੋਈਆਂ, ਸੀਰੀਅਸ ਕੰਡੀਸ਼ਨ ਕੁੜੀ ਚਲੀ ਗਈ। ਚਲੋ ਉਹਦੀ ਮੌਤ ਹੋ ਗਈ ਜੀ। ਹੋਰ ਵੇਲੇ ਵੀ ਕਿਸਾਨ ਆਗੂਆਂ ਨੇ ਕਿਹਾ, ਜਿਹੜੀ ਪ੍ਰੈਸ ਕਾਨਫਰੰਸ ਹੋਈ ਹੈ ਜੀ, ਉਹਦੇ ਪਿਤਾ ਜੀ ਉਸ ਤੋਂ ਵਸ ਵੀ ਸੀ ਵੀ ਅਸੀਂ ਇਹਨਾਂ ਨੂੰ ਕਿਹਾ ਵੀ ਛੇੜਖਾੜ ਦੀ ਘਟਨਾ ਜੇ ਤੁਸੀਂ ਚਾਹੁੰਦੇ ਹੋ ਇਹਦੀ ਰਿਪੋਰਟ ਦਰਜ ਕਰਾ ਦਿੰਦੇ ਹਾਂ। ਉਹ ਫਿਰ ਜਿਹੜੀ ਉਹੀ ਗੱਲ ਹੁੰਦੀ ਆ ਵੀ ਇੱਧਰ ਬਦਨਾਮੀ ਹੋ, ਬੰਗਾਲ ਤੋਂ ਆਈ ਛੇੜਛਾੜ ਦੀ ਗੱਲ ਹੋ ਜਾਂਦੀ ਆ ਕਿਤੇ ਗਲਤ, ਉਹਨਾਂ ਨੂੰ ਜਿੰਨੀ ਸਜ਼ਾ ਦੇ ਦਿੱਤੀ ਉੱਥੋਂ ਮੁੜ ਕੇ ਭਜਾ ਪਾਇਆ ਜੀ ਬਹੁਤ ਆ। ਸੋ ਉਹਨਾਂ ਦੇ ਪਿਤਾ ਦੀ ਸਹਿਮਤੀ ਨਾਲ 1974 ਧਾਰਾ 'ਚ ਉਹਨਾਂ ਪੋਸਟਮਾਰਟਮ ਹੋਇਆ, ਸੰਸਕਾਰ ਹੋਇਆ, ਸਟੇਜ 'ਤੇ ਉਹਦੇ ਫੁੱਲ ਲੈ ਕੇ ਗਏ, ਜਿਵੇਂ ਆਪਣੀ ਰਵਾਇਤ ਹੁੰਦੀ ਆ, ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਹਦਾ ਪਿਤਾ ਵੀ ਸਟੇਜ 'ਤੇ 5 ਮਿੰਟ ਬੋਲਿਆ ਜੀ, ਅਤੇ ਇਹ ਮਾਮਲਾ ਸੀ ਜਿਹੜਾ ਇੱਕ ਹਿਸਾਬ ਨਾਲ ਪਤਾ ਲੱਗ ਗਿਆ ਸੀ ਵੀ ਗੜਬੜ ਹੋ ਗਈ ਆ, ਗਲਤ ਹੋਈ ਆ, ਪਰ ਬੱਚਿਆ ਬਲਾਤਕਾਰ ਵਾਲੀ ਗੱਲ ਕਿਸੇ ਨੇ ਨਹੀਂ ਮਹਿਸੂਸ ਕੀਤੀ, ਨਾ ਕੁੜੀ ਦੇ ਪਿਤਾ ਨੇ, ਨਾ ਕੁੜੀ ਨੇ ਕਿਸੇ ਨੂੰ ਦੱਸਿਆ। ਛੇੜਛਾੜ ਵਾਲੀ ਗੱਲ ਸੀ, ਛੇੜਛੇੜ ਵਾਲੀ ਗੱਲ ਸੀ, ਠੀਕ ਹੈ। ਬਾਅਦ ਦੇ ਵਿੱਚ ਜਿਹੜੀ ਗੱਲ ਆਉਂਦੀ ਆ, ਜਿਹੜੇ ਉਹਦੇ ਪਿਤਾ ਜੀ ਦਾ ਮੈਂ ਵਰਸ਼ਨ ਸੁਣਿਆ, ਉਹ ਕਹਿੰਦੇ ਉਹ ਕੁੜੀ ਨੂੰ ਜਦੋਂ ਮੈਸੇਜ ਆਏ ਨਾ ਜੀ, ਦੱਸਿਆ ਆਪਦੇ ਪਿਤਾ ਨੂੰ ਵੀ ਪਾਪਾ ਮੈਨੂੰ ਮੈਸੇਜ ਆਏ, ਮੈਂ ਬਹੁਤ ਖੁਸ਼ ਹਾਂ ਅੱਜ।
ਜਿਹਨੂੰ ਆਪਾਂ ਆਪ ਪਠਾਟ ਕਹਿੰਦੇ ਹਾਂ। ਫਿਰ ਉਹਦੇ ਪਿਤਾ ਨੇ ਸੋਚਿਆ ਵੀ ਉਹਨੇ ਮੈਨੂੰ ਇਹ ਗੱਲ ਨਹੀਂ ਦੱਸੀ, ਜਿਹੜੀ ਉਹ ਮਿਲਸ ਜਾਣ ਤੇ ਖੁਸ਼ ਹੁੰਦੀ ਆ, ਉਹਨੂੰ ਖਤਰਾ ਹੋਊ ਵੀ ਸ਼ਾਇਦ ਕੋਈ ਪ੍ਰੈਗਨੈਂਸੀ ਨਾ ਹੋ ਜਾਏ, ਤੇ ਕਰਕੇ ਘਟਨਾ ਹੋਈ ਲੱਗਦੀ ਆ ਬਲਾਤਕਾਰ। ਫਿਰ ਉਹਨਾਂ ਨੇ ਰਿਪੋਰਟ ਦਰਜ ਕਰਾਈ ਥਾਣਾ ਆ ਕੇ, ਉਹਦੇ ਨਾਲ ਨੇ ਪਹਿਲਾਂ ਵੀ ਨਾਲ ਨੇ ਹੁਣ ਵੀ ਨਾਲ ਨੇ। ਪਰ ਉਹਦੇ ਵਿੱਚੋਂ ਉਸਨੇ ਕੀ ਕੀਤਾ, ਜਿਹੜੇ ਦੋ ਬੰਦਿਆਂ ਦਾ ਉਹਨੇ ਨਾਂ ਲਿਖਾਇਆ ਸੀ, ਜਾਂ ਤੀਹ ਨੇ ਸਾਰਿਆਂ ਬਾਰੇ ਕਦੇ ਨਹੀਂ ਕਿਹਾ, ਜੀ ਜੀ ਦੋ ਬੰਦਿਆਂ ਬਾਰੇ ਨਾਂ ਲਿਆ, ਉਹਨਾਂ ਨੇ ਸਾਰਿਆਂ ਤੇ ਕੇਸ ਦਰਜ ਕਰ ਲਿਆ, ਜਿਹੜੇ ਗਵਾਹ ਸੀ ਉਹ ਵੀ ਮੁਜਰਮਾਂ ਤੇ ਮੌਕੇ ਤੇ। ਓਹੋ, ਤੋ ਇਹ ਹਾਲਤ ਹੈਗੀ ਆ, ਇਹ ਪੂਰੀ ਤਰ੍ਹਾਂ ਜਾਂਚ ਜਾ ਰਹੀ ਆ। ਘਟਨਾ ਪਹਿਲਾਂ ਵੀ ਇੱਕ ਵਾਰ ਘਟਨਾ ਹੋਈ ਸੀ ਜੀ, ਤੁਹਾਡੇ ਯਾਦ ਹੋਊ, ਉਦੋਂ ਰਵੀ ਸਿੰਘ ਖਾਲਸਾ ਨੇ ਵੀ ਇਹ ਮਸਲਾ ਉਭਾਰਿਆ ਸੀ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਜੀ, ਟਰਾਲੀ ਟ੍ਰੇਨ ਦੇ ਨਾਲ ਜੁੜੇ ਹੋਏ ਦੋ ਮੁੰਡਾ ਤੇ ਕੁੜੀ ਜਿਨ੍ਹਾਂ ਦੇ ਆਪਸੀ ਸੰਬੰਧ ਵੀ ਸੀ, ਜਿਹੜੇ ਪੰਜਾਬ ਤੋਂ ਬਾਹਰਲੇ ਸੀ, ਉਹਦੇ ਵਿੱਚ ਉਹਨਾਂ ਦੀ ਆਪਸੀ ਅਣਬਣ ਹੋਈ। ਉਹ ਕੁੜੀ ਨੇ ਦੋਸ਼ ਲਾਇਆ ਮੀਟ ਵਾਲਾ ਵੀ ਇਹਨੇ ਤੇਰੇ ਨਾਲ ਆਏ, ਤਾਂ ਚਲੋ ਮਸਲਾ ਉਹਨਾਂ ਦਾ ਹੱਲ ਹੋ ਗਿਆ। ਉਹ ਮੋਰਚੇ ਤੋਂ ਬਾਹਰ ਦੀ ਘਟਨਾ ਸੀ, ਮੋਰਚੇ ਦੇ ਅੰਦਰ ਅੰਦਰ ਨਹੀਂ ਸੀ ਜੀ। ਹਾਂ, ਇਹ ਜਿਹੜੀ ਘਟਨਾ ਹੋਈ ਆ ਇਹ ਵੀ ਆਉਣ ਵੇਲੇ ਦੀ ਹੋਈ ਆ, ਉਸ ਤੋਂ ਬਾਅਦ ਇਹ ਘਟਨਾ ਸਾਹਮਣੇ ਨਹੀਂ ਆਈ, ਨਾ ਹਾਲੇ ਤੱਕ ਸਾਹਮਣੇ ਆਇਆ। ਬਾਕੀ ਕੇਸ ਪੁਲਿਸ ਦਾ ਸਾਰੇ ਸਹਿਯੋਗ ਕਰ ਰਹੇ ਨੇ, ਜਿਹਨਾਂ ਨਾਲ ਰਹੀ ਖਾਸ ਕਰਕੇ ਨੱਤ ਪਰਿਵਾਰ, ਉਹਦੀ ਬੇਟੀ ਆ ਜਿਹੜੀ ਉਹ ਵੀ ਕੋਰੋਨਾ ਪੀੜਤ ਹੋਈ, ਉਹਦੇ ਨਾਲ ਉਹ ਵੀ ਆਈਸੋਲੇਸ਼ਨ ਚ ਹੁਣ ਜੀ 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 ਜੇ ਮਾਲੀ ਸਾਹਿਬ ਲੈ ਕੇ ਸੰਸਕਾਰ ਤੱਕ ਨਾਲ ਰਹੇ ਜੀ ਜੀ। ਇੱਥੇ ਨਾ ਇੱਕ ਦੋ ਕੁਐਸਚਨ ਖੜੇ ਹੋ ਜਾਂਦੇ ਮਾਲੀ ਸਾਹਿਬ, ਮੈਂ ਇਹਦੇ ਵਿੱਚ ਹਾਲੇ ਤਾਈਂ ਗ੍ਰਿਫਤਾਰੀ ਕਿਸੇ ਦੀ ਪਈ ਹੈ ਜੀ ਸੋ ਫਾਰ? ਨਹੀਂ, ਮੇਰੇ ਧਿਆਨ 'ਚ ਨਹੀਂ ਜੀ, ਹਾਲੇ ਤੱਕ ਕੋਈ ਗ੍ਰਿਫਤਾਰ ਨਹੀਂ ਹੋਇਆ। ਠੀਕ ਹੈ, ਆਪਾਂ ਨਾ ਇੱਕ ਮਾਲੀ ਸਾਹਿਬ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਉਸ ਤੋਂ ਬਾਅਦ ਵਿਸਤਾਰ ਨਾਲ ਇੱਥੇ ਗੱਲ ਕਰਦੇ ਹਾਂ, ਅਤੇ ਤੁਸੀਂ ਤੁਹਾਡਾ ਧੰਨਵਾਦ, ਤੁਸੀਂ ਬਣੇ ਹੋਏ ਹੋ ਦਰਸ਼ਕੋ, ਆਪਾਂ ਲੈਂਦੇ ਛੋਟੀ ਜਿਹੀ ਬ੍ਰੇਕ, ਇਸੇ ਤਰ੍ਹਾਂ ਬਣੇ ਰਹੋ ਜਸ ਪੰਜਾਬੀ 'ਤੇ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੈਟਫਾਰਮ। ਆਪਣੇ ਨਾਲ ਜੁੜੇ ਹੋਏ ਨੇ ਸਰਦਾਰ ਮਾਲਵਿੰਦਰ ਸਿੰਘ ਮਾਲੀ, ਸੀਨੀਅਰ ਪੱਤਰਕਾਰ, ਸੀਨੀਅਰ ਜਰਨਲਿਸਟ ਪੰਜਾਬ ਤੋਂ। ਮਾਲੀ ਸਾਹਿਬ, ਤੁਸੀਂ ਜਿਹੜੀ ਗੱਲ ਦੱਸੀ ਕਈ ਖਦਸ਼ੇ ਕਲੀਅਰ ਕਰਦੀ ਹੈ, ਬਹੁਤ ਮੰਦਭਾਗੀ ਘਟਨਾ ਵਾਪਰੀ, ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ, ਅਤੇ ਤੁਸੀਂ ਦੇਖਦੇ ਹੋ ਕਿ ਉਹ ਬੱਚੀ ਦੀ ਜਾਨ ਚਲੀ ਗਈ ਹੈ। ਅਸੀਂ ਅਰਦਾਸ ਕਰਦੇ ਹਾਂ ਪਰਮ ਪਿਤਾ ਪਰਮਾਤਮਾ ਮਾਰੇ ਕਿ ਜਿਹੜਾ ਵੀ ਦੋਸ਼ੀ ਹੈ ਉਹਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਮਿਲਣ। ਕੀ ਇਸ ਘਟਨਾ ਤੋਂ ਬਾਅਦ ਜਿਹੜਾ ਆਪਣੀਆਂ ਮਹਿਲਾਵਾਂ, ਆਪਣੀਆਂ ਭੈਣਾਂ, ਆਪਣੀਆਂ ਮਾਵਾਂ, ਉਹਨਾਂ ਦਾ ਜਿਹੜਾ ਮੋਰਚੇ 'ਚ ਜਾਣ ਵਾਸਤੇ ਕੋਈ ਡਿਸਕਰੇਜਮੈਂਟ ਨੋਟ ਕੀਤੀ ਗਈ ਲੇਟਰ? ਨਹੀਂ ਜੀ, ਇਹ ਜੀ ਕੋਈ ਗੱਲ ਨਹੀਂ, ਕਿਉਂਕਿ ਸਾਰਿਆਂ ਦੇ ਸਾਹਮਣੇ ਘਟਨਾ ਹੋਈ ਆ, ਖਾਸ ਕਰਕੇ ਜਿਹੜਾ ਇੱਕ ਆਗੂ ਪਰਿਵਾਰ ਆ ਉੱਥੇ, ਉਹਨਾਂ ਦੀ ਬੇਟੀ ਡਾਕਟਰ ਆ, ਉਹਨਾਂ ਦੀ ਘਰ ਵਾਲੀ ਜਿਹੜੀ ਮੋਰਚੇ ਹੋਰਲੇ ਆਗੂਆਂ 'ਚ ਸ਼ਾਮਲ ਆ ਜੀ, ਹਰ ਸਮੇਂ ਉਹਦੇ ਨਾਲ ਰਹੀ ਆ। ਦੇਖੋ, ਘਟਨਾ ਵਾਪਰੀ ਆ, ਮਾੜੀ ਆ, ਇਹਦਾ ਕੋਈ ਗੱਲ ਨਹੀਂ ਜੀ ਜੀ, ਸਿੱਟਾ ਇਹਦਾ ਕੀ ਨਿਕਲਦਾ ਉਹਦਾ ਵੀ ਸਾਨੂੰ ਅੱਗੇ ਖਿਆਲ ਰੱਖਣਾ ਚਾਹੀਦਾ, ਪਰ ਇਹਦੇ ਵਿੱਚ ਔਰਤਾਂ 'ਚ ਕੋਈ ਇਨਸਿਕਿਉਰਿਟੀ ਵਾਲੀ ਗੱਲ, ਅਸੁਰੱਖਿਅਤਾ ਦੀ ਗੱਲ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਪਰ ਹਾਂ, ਜਦੋਂ ਬਾਹਰੋਂ ਕੋਈ ਕੁੜੀ ਇਕੱਲੀ ਆਉਂਦੀ ਆ ਜੀ, ਕੋਈ ਵੀ ਪਰਿਵਾਰ ਭੇਜੂ ਜਾਂ ਕਿਸੇ ਦੀ ਬੇਟੀ ਆਊ, ਕੁਦਰਤੀ ਤੌਰ 'ਤੇ ਉਹਨਾਂ ਨੂੰ ਸੋਚਣਾ ਪਊ, ਕਿਉਂਕਿ ਜਿਹੜੇ ਪੰਜਾਬ ਤੋਂ ਹਰਿਆਣੇ ਤੋਂ ਜਿੰਨੀਆਂ ਬੇਟੀਆਂ ਜਾਂਦੀਆਂ ਨੇ, ਉਹਨਾਂ ਦੇ ਨਾਲ ਤਾਂ ਉਹਨਾਂ ਦਾ ਸਮਾਜ ਆ, ਉਹਨਾਂ ਦੇ ਘਰਾਂ ਦੇ ਲੋਕ ਨੇ ਜਾਂ ਜੀ ਪਰਿਵਾਰਾਂ ਦੇ ਲੋਕ। ਇਸ ਤਰ੍ਹਾਂ ਜਿਹੜੇ ਬਾਹਰੋਂ ਸੋਸ਼ਲ ਇਕੱਲੀਆਂ ਬੀਬੀਆਂ ਆਉਂਦੀਆਂ ਸੀ ਜਾਂ ਇਸ ਤਰ੍ਹਾਂ ਦੀਆਂ, ਕੁਦਰਤੀ ਤੌਰ 'ਤੇ ਉਹਨਾਂ ਦੇ ਮਨ 'ਚ ਸਵਾਲ ਪੈਦਾ ਹੋ ਸਕਦਾ ਜੀ। ਕੁਦਰਤੀ ਤੌਰ 'ਤੇ ਜਿਹੜੀਆਂ ਬਾਹਰੋਂ ਬੀਬੀਆਂ ਆਉਂਦੀਆਂ ਨੇ, ਉਹਨਾਂ ਵੱਲ ਕਿਸਾਨ ਲੀਡਰਸ਼ਿਪ ਨੂੰ ਵੀ ਸਪੈਸ਼ਲ ਬਥੇਰੇ ਧਿਆਨ ਦੇਣਾ ਚਾਹੀਦਾ, ਉਹਨਾਂ ਦੇ ਦੋਸਤ ਕੀ ਨੇ, ਗਰੁੱਪ ਕੀ ਨੇ, ਕਿੱਥੇ, ਯਾਨੀ ਉਹਨਾਂ ਵੱਲ ਸਪੈਸ਼ਲ ਧਿਆਨ ਦੇਣਾ ਚਾਹੀਦਾ, ਮੇਰਾ ਸੁਝਾਅ ਹੈ ਕਿਸਾਨ ਲੀਡਰਸ਼ਿਪ ਨੂੰ ਸਪੈਸ਼ਲ ਇੱਕ ਗਰੁੱਪ ਤੇ ਸੱਭਿਆਚਾਰ ਨਾਲ, ਸਾਡੇ ਲੋਕਾਂ ਨਾਲ, ਆਤਮ ਸੁਭਾਅ ਨਾਲ, ਕਈ ਵਾਰ ਨਹੀਂ ਉਹ ਸਮਝਦੇ ਹੁੰਦੀ ਹੈ ਇਸ ਗੱਲ ਨੂੰ, ਗੈਪ ਆ ਵੱਡਾ ਜੀ ਜੀ, ਲੀਡਰਸ਼ਿਪ ਨੂੰ ਵਲੰਟੀਅਰ ਨੂੰ ਵੱਧ ਧਿਆਨ ਦੇਣਾ ਚਾਹੀਦਾ, ਜਿਹੜੀਆਂ ਬਾਹਰਲੇ ਸੂਬੇ ਤੋਂ ਬੀਬੀਆਂ ਆ ਰਹੀਆਂ ਜੀ ਜੀ, ਇੱਕ ਗਰੁੱਪ ਬਣਾ ਦੇਣ ਸੀਨੀਅਰ ਲੇਡੀਜ਼ ਦਾ। ਚਲੋ, ਕਿਸਾਨ ਮੋਰਚੇ ਨਾਲ ਹੀ ਮਾਲੀ ਸਾਹਿਬ ਮੇਰਾ ਦੂਸਰਾ ਕੁਐਸਚਨ ਹੈ, ਬਹੁਤ ਅੱਛਾ ਚੱਲ ਰਿਹਾ ਸੋ ਫਾਰ, ਲੋਕ ਆਪਦਾ ਫਸਲ ਸੰਭਾਲ ਕੇ ਦੁਬਾਰਾ ਮੋਰਚੇ 'ਤੇ ਪੁੱਜ ਰਹੇ ਨੇ, ਹਾਲਾਂਕਿ ਕਰੋਨਾ ਮਹਾਂਮਾਰੀ ਵੀ ਆਪਦੇ ਜ਼ੋਰਾਂ 'ਤੇ ਹੈ ਮਾਲੀ ਸਾਹਿਬ, ਪਰ ਮੇਰਾ ਕੁਐਸਚਨ ਇਹ ਹੈ ਕਿ ਸ਼ੁਰੂਆਤ 'ਚ ਥੋੜ੍ਹੀ ਬਹੁਤ ਫਰਿਕਸ਼ਨ ਸੀਗੀ, ਕੋਈ ਫਿਲਮੀ ਕਲਾਕਾਰ ਐਕਟਰ ਉਹਦੇ ਵਿੱਚ ਇਨਵਾਲਵ ਹੋਇਆ ਜਾਂ ਬਹੁਤ ਤਰ੍ਹਾਂ ਦੀਆਂ ਗੱਲਾਂ ਹੋਈਆਂ, ਆਪਾਂ ਉਹ ਨਾਲ ਨਹੀਂ ਜਾਂਦੇ ਗੇ, ਪਰ ਲੇਟੈਸਟ ਜਿਹੜੀ ਚੱਲ ਰਹੀ ਹੈ, ਲੇਟੈਸਟ ਜਿਹੜੀ ਅੱਜ ਜਾਂ ਕੱਲ੍ਹ ਜਾਂ ਪਰਸੋਂ 'ਚ ਆ ਰਹੀ ਹੈ ਕਿ ਸੋਸ਼ਲ ਮੀਡੀਆ 'ਤੇ ਕਿ ਆਹ ਜਿਹੜੇ ਕਿਸਾਨ ਹੈ ਖੱਬੇ ਪੱਖੀ ਹੈ, ਲੈਫਟ ਆ, ਕਾਮਰੇਡ ਆ, ਆਹ ਦੂਜੇ ਕਿਸਾਨ ਹੈ, ਕਿ ਇਹ ਚੀਜ਼ਾਂ ਮੋਰਚੇ ਨੂੰ ਕਮਜ਼ੋਰ ਕਰ ਰਹੀਆਂ, ਅਤੇ ਇਹ ਕੌਣ ਚਲਾ ਰਿਹਾ ਹੈ, ਅਤੇ ਇਹਦਾ ਫਰਕ ਕੀ ਹੈ ਮਾਲੀ ਸਾਹਿਬ? ਦੇਖੋ ਜੀ, ਗੱਲ ਇਹ ਆ, ਮੋਰਚੇ ਦੇ ਵਿੱਚ ਇੱਕ ਮੋਰਚੇ ਦਾ ਪ੍ਰਵਚਨ ਆ ਜੀ,
ਜਿਹਦਾ ਪ੍ਰਵਚਨ ਇਹ ਆ ਵੀ ਅਸੀਂ ਸਾਰੇ ਕਿਸਾਨ ਆ, ਸਾਰੇ ਧਰਮ ਵਾਲੇ ਨੇ, ਸਾਰੇ ਵਿਸ਼ਵਾਸ ਵਾਲੇ ਨੇ, ਸਾਰੀਆਂ ਵਿਚਾਰਧਾਰਾ ਵਾਲੇ ਨੇ ਜੀ, ਚਾਹੇ ਉਹ ਨਕਸਲੀ ਵਿਚਾਰਧਾਰਾ, ਚਾਹੇ ਖਾਲਿਸਤਾਨੀ ਵਿਚਾਰਧਾਰਾ, ਚਾਹੇ ਸਿੱਖ ਵਿਚਾਰਧਾਰਾ, ਸਿਆਸੀ ਵਿਚਾਰਧਾਰਾ ਵਾਲੇ ਵੀ ਨੇ, ਧਾਰਮਿਕ ਵਾਲੇ ਵੀ ਨੇ, ਉਸ ਤੋਂ ਬਿਨਾਂ ਨਾਸਤਿਕ ਵੀ ਨੇ ਇਹਦੇ ਵਿੱਚ ਜੀ। ਸੋ ਇਹ ਇਹ ਮੋਰਚਾ ਸਾਰਿਆਂ ਦਾ ਸਾਂਝੀ ਮੋਰਚਾ ਸੀ, ਪਰ ਇਹ ਮੋਰਚੇ ਦੇ ਪ੍ਰਵਚਨ ਨੂੰ ਬਦਲਣ ਲਈ, ਇਹਦੇ ਵਰਤਾਂਤ ਨੂੰ ਬਦਲਣ ਲਈ ਜਿੱਥੇ ਸਰਕਾਰ ਵੱਲੋਂ ਬੜੀਆਂ ਜ਼ੋਰਦਾਰ ਕੋਸ਼ਿਸ਼ਾਂ ਹੋਈਆਂ, ਇਹ ਪੁਰਅਮਨ ਤੇ ਸ਼ਾਂਤੀਪੂਰਨ ਜਿਹੜਾ ਸੰਘਰਸ਼ ਹੈ ਇਹਨਾਂ ਦਾ ਜੀ 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 ਕਿਉਂਕਿ ਸੰਘਰਸ਼ ਦਾ ਜਿਹੜਾ ਇਹ ਸੂਪਾ ਜੀ ਇੰਨਾ ਲੰਮਾ ਸਮਾਂ ਕੜਕ ਦੀ ਠੰਡ 'ਚ, ਮਾਤਾ ਗੁਜਰੀ ਦੇ ਠੰਡੇ ਬੁਰਜ ਤੋਂ ਪ੍ਰੇਰਨਾ ਲੈ ਕੇ ਜੀ ਕੜਕ ਦੀ ਠੰਡ 'ਚ ਬੈਠਣਾ, ਤੇ ਗੁਰੂ ਅਰਜਨ ਦੇਵ ਦੀਆਂ ਜਿਹੜੀਆਂ ਤੱਤੀਆਂ ਤੱਤੀਆਂ ਤੇ ਬੈਠਣੇ, ਅੱਜ ਕੜਾਕੇ ਦੀ ਧੁੱਪ ਦੇ ਵਿੱਚ ਸੜਕਾਂ ਤੇ ਬੈਠਣਾ, ਤੇ ਉੱਥੇ ਇਹੋ ਜਿਹੇ ਗੀਤ ਚੱਲਣੇ, ਸਾਡੇ ਲਈ ਕਿਲਾ ਬਣ ਗਈਆਂ ਸੜਕਾਂ ਇਹ ਪਾਤਸ਼ਾਹ, ਹਾਂਜੀ ਇਹ ਸਾਡਾ ਇਤਿਹਾਸ, ਸਾਡਾ ਵਿਰਸਾ, ਸਿੱਖੀ ਦਾ ਅਸਲ ਜਿਹੜਾ ਸਰੂਪ ਆ, ਅਸਲ ਉਦੇਸ਼ ਆ ਜਿਹੜਾ, ਉਹ ਸਾਹਮਣੇ ਬੜੇ ਜ਼ੋਰ ਨਾਲ ਉਭਾਰ ਕੇ ਲਿਆਂਦਾ ਜੀ 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 ਇਹਦਾ ਸਾਰੀ ਦੁਨੀਆ 'ਚ, ਸਾਰੇ ਦੇਸ਼ ਦੇ ਵਿੱਚ ਐਡਾ ਮਾਣ ਸਤਿਕਾਰ ਹੋਇਆ, ਤੁਸੀਂ ਕਹਿ ਨਹੀਂ ਸਕਦੇ, ਹਰ ਥਾਂ 'ਤੇ ਪੰਜਾਬ ਦੀ ਬੱਲੇ ਬੱਲੇ ਆ, ਪੰਜਾਬ 'ਤੇ ਸਿੱਖੀ ਨੂੰ ਨਾ ਅੱਡ ਕੀਤਾ ਜਾ ਸਕਦਾ, ਨਾ ਇੱਕ ਦੂਜੇ ਵਿਰੋਧ ਖੜਾ ਕੀਤਾ ਜਾ ਸਕਦਾ, ਪੰਜਾਬ ਦੀ ਜਦੋਂ ਕੋਈ ਗੱਲ ਹੁੰਦੀ ਆ, ਸਿੱਖੀ ਦੀ ਗੱਲ ਹੁੰਦੀ ਹੈ ਜੀ 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 ਬਾਹਰਲੇ ਸੂਬਿਆਂ 'ਚੋਂ ਜਦੋਂ ਕਿਸੇ ਖਾਨ ਆਗੂਆਂ ਨੂੰ ਸੱਦਾ ਆਉਂਦਾ, ਉਹ ਕਹਿੰਦੇ ਨੇ ਆਪਦੀ ਬੋਲੀ 'ਚ ਵੀ ਦੋ ਪਗੜੀ ਵਾਲੇ ਸਰਦਾਰ ਜ਼ਰੂਰ ਹੋਣੇ ਚਾਹੀਦੇ ਆ ਜੀ ਸਾਡੇ ਨਾਲ ਜੀ ਜੀ ਲੋਕਾਂ ਦੀ ਪਗੜੀ ਪੱਤੀ ਜਾਣੀ ਸਿੱਖੀ ਪਾਣੇ ਪ੍ਰਤੀ, ਅਸਲ 'ਚ ਉਹਨਾਂ ਦੇ ਸਿਰਕ ਪ੍ਰਤੀ ਜੋ ਉਹਨਾਂ ਨੇ ਅਗਵਾਈ ਕੀਤੀ ਆ, ਉਹਦੇ ਪ੍ਰਤੀ ਉਹਨਾਂ ਦਾ ਸਤਿਕਾਰ ਆ, ਅਸੀਂ ਇਹਨੂੰ ਕਹਿ ਸਕਦੇ ਹਾਂ ਜੀ 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 ਪਰ ਆ ਜਿਹੜਾ ਆ ਜਿਹੜਾ ਮਾਲੀ ਸਾਹਿਬ ਖੱਬੇ ਪੱਖੀ ਆ, ਕਾਮਰੇਡ ਪੱਖੀ ਆ, ਇਹ ਵਿਚਾਰਧਾਰਾ ਐਂਟਰ ਕਿੱਥੋਂ ਕਰਾਈ ਗਈ ਜੀ? ਲੋਕਾਂ ਦਾ ਕੁਐਸਚਨ ਇਹ ਇਹ ਐਂਟਰ ਤਾਂ ਕੀਤੀ ਆ ਮੋਦੀ ਸਰਕਾਰ ਨੇ, ਤੁਸੀਂ ਉਹਦੇ ਪ੍ਰਵਚਨ ਦੇਖੋ ਵੀ ਇਹ ਤਾਂ ਇਕੱਲੇ ਪੰਜਾਬ ਦਾ ਮੋਰਚਾ, ਇਹ ਤਾਂ ਸਿੱਖਾਂ ਦਾ ਮੋਰਚਾ ਜੀ, ਇਹ ਤਾਂ ਖਾਲਿਸਤਾਨੀਆਂ ਦਾ ਮੋਰਚਾ, ਇਹ ਤਾਂ ਮਾਓਵਾਦੀਆਂ ਦਾ ਮੋਰਚਾ, ਉਹਨਾਂ ਨੇ ਲਗਾਤਾਰ ਕੁਛ ਕੀਤੀ, ਪਰ ਸਭ ਤੋਂ ਦੁਖਾਂਤ ਗੱਲ ਇਹ ਹੋਈ ਕਿ ਪੰਜਾਬ ਦੀ ਲੀਡਰਸ਼ਿਪ, ਪੰਜਾਬ ਦੇ ਮੋਰਚੇ ਨੂੰ ਜਿੱਥੇ ਦੁਨੀਆ ਭਾਰਤ ਜੈ ਜੈਕਾਰ ਕਰ ਰਹੀ ਆ, ਪੰਜਾਬ ਦੇ ਅੰਦਰ ਹੀ ਉਹਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ, ਉਹ ਵਿਰੋਧ ਵੀ ਇਸੇ ਪੈਂਤਲੇ ਤੋਂ ਹੋਣਾ ਸ਼ੁਰੂ ਹੋ ਗਿਆ, ਦੇਖੋ ਜੀ ਇਹਨਾਂ ਦੀ ਸਿੱਖੀ ਨਿਸ਼ਾਨਾ ਪ੍ਰਤੀ, ਸਿੱਖੀ ਬੋਲਿਆ ਪ੍ਰਤੀ ਤੰਗ ਨਜ਼ਰਾਂ, ਇਹ ਸਿੱਖ ਧਰਮ ਦੇ ਵਿਰੋਧੀ ਨੇ, ਇਹ ਕਾਮਰੇਡ ਨੇ, ਇਹ ਇਹ ਅਸਲ 'ਚ ਪ੍ਰਵਚਨ ਕਿਸੇ ਹੋਰ ਰੂਪ ਤੋਂ ਸ਼ੁਰੂ ਹੁੰਦਾ ਹੋਇਆ ਇੱਥੇ ਪਹੁੰਚਿਆ ਜੀ, ਪ੍ਰਵਚਨ ਸ਼ੁਰੂ ਹੋਇਆ ਸੀ ਸ਼ੰਭੂ ਮੋਰਚੇ ਤੋਂ ਜੀ, ਜਦੋਂ ਸ਼ੰਭੂ ਮੋਰਚੇ ਦਾ ਜਿਹੜਾ ਮੇਨ ਐਕਟਰ ਸੀ ਉਹਨੇ ਐਲਾਨ ਕੀਤਾ ਸੀ ਜੇ ਇਹ ਮੋਰਚਾ ਤਿੰਨ ਖੇਤੀ ਬਿੱਲਾਂ ਦਾ ਹੀ ਹੁੰਦਾ, ਜੇ MSP ਦਾ ਹੁੰਦਾ, ਮੈਂ ਤਾਂ ਆਉਣਾ ਨਹੀਂ ਸੀ, ਮੈਂ ਤਾਂ ਇੰਨੀ ਆਪਣੀ ਸ਼ਹਿਨਸ਼ਾਹੀ ਜ਼ਿੰਦਗੀ ਛੱਡ ਕੇ ਇਸ ਕਰਕੇ ਆਇਆ ਕਿਉਂਕਿ ਪੰਜਾਬ ਦੀ ਹੋਂਦ ਦਾ ਮਸਲਾ ਹੈ, ਹੋਂਦ ਵੀ ਫਿਰ ਉਹਨਾਂ ਦੀ ਆਪਣੀ ਵਿਆਖਿਆ, ਇਹ ਸਾਡਾ ਧਰਮ ਵੀ ਖਤਰੇ 'ਚ ਆ, ਸਾਡੀ ਸਿੱਖੀ ਵੀ ਖਤਰੇ 'ਚ ਆ, ਸਾਡਾ ਸੱਭਿਆਚਾਰ ਵੀ ਖਤਰੇ 'ਚ ਆ, ਸਾਡਾ ਰਾਜ ਵੀ ਖਤਰੇ 'ਚ ਆ, ਸਾਨੂੰ ਖੁਦ ਮੁਖਤਿਆਰੀ ਵੀ ਚਾਹੀਦੀ ਜੀ, ਮੋਰਚੇ ਦੇ ਵਿਧਨ ਜਿਹੜਾ ਮੋਰਚਾ ਲੱਗਾ ਸੀ ਉਹਨਾਂ ਨੇ ਪ੍ਰਵਚਨ ਬਦਲਣ ਦੀ ਕੋਸ਼ਿਸ਼ ਕੀਤੀ, ਪਹਿਲੀ ਕੋਸ਼ਿਸ਼ ਕੀਤੀ ਕਿ 25 ਤਰੀਕ ਤੱਕ ਤਾਂ ਕਿਸਾਨਾਂ ਦਾ ਮੋਰਚਾ ਸੀ, ਪਰ 25 ਤਰੀਕ ਤੋਂ ਬਾਅਦ ਕਲਾ ਵਰਤ ਗਈ, ਇਹ ਹੁਣ ਕਿਸਾਨਾਂ ਦਾ ਆਗੂਆਂ ਦਾ ਮੋਰਚਾ ਨਹੀਂ ਰਿਹਾ, ਇਹ ਹੁਣ ਲੋਕਾਂ ਦਾ ਮੋਰਚਾ ਬਣ ਗਿਆ, ਇਹ ਗੱਲਾਂ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਗਈ ਜੀ 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 ਕਿਸਾਨ ਆਗੂ ਕਹਿਣ ਲੱਗੇ ਵੀ ਅਸੀਂ ਕਦੋਂ ਕਹਿੰਦੇ ਆ ਵੀ ਇਹ ਸਾਡੇ ਕਰਕੇ ਸਾਰਾ ਕੁਝ ਹੋਇਆ, ਇਹਦੇ ਵਿੱਚ ਕਲਾ ਵਰਤੀ ਆ ਸੱਚੇ ਪਾਤਸ਼ਾਹ ਦੀ, ਵਾਹਿਗੁਰੂ ਜੀ, ਕਿਉਂਕਿ ਪੰਜਾਬੀ ਆਗੂ ਨੇ, ਪੰਜਾਬੀ ਲੀਡਰ ਨੇ, ਰਾਜੇਵਾਲ ਸਾਹਿਬ ਵੀ ਕਹਿਣ ਲੱਗ ਗਏ, ਨਾ ਤਾਂ ਸਰਕਾਰ ਨੂੰ ਆਸ ਸੀ ਵੀ ਆਹ ਕੁਛ ਹੋ ਜੂ, ਨਾ ਕਿਸਾਨਾਂ ਨੂੰ ਆਸ ਸੀ, ਇਸ ਕਰਕੇ ਫਿਰ ਇਹ ਪ੍ਰਵਚਨ ਲਿਆਂਦਾ ਕਿ ਆਗੂ ਹੁਣ ਤੱਕ ਤਾਂ ਕਰਦੇ ਸੀ ਤੁਸੀਂ ਫੈਸਲੇ ਜੀ, ਕਰਦੇ ਸੀ ਹੁਣ ਸੰਗਤ ਫੈਸਲੇ ਕਰੂ, ਤੁਹਾਨੂੰ ਲਾਗੂ ਕਰਨੇ ਪੈਣਗੇ, ਜੇ ਤੁਸੀਂ ਲਾਗੂ ਨਾ ਕੀਤੇ ਸੰਗਤ ਦੀ ਜੁੱਤੀ ਆ, ਇਹ ਪ੍ਰਵਚਨ ਜਦੋਂ ਲਿਆਂਦਾ ਗਿਆ ਇਹਨੂੰ ਫਿਰ ਕਿਸਾਨ ਆਗੂਆਂ ਨੇ ਇਹਦਾ ਵਿਰੋਧ ਕੀਤਾ, ਜਿਹੜਾ ਸੁਖਪ੍ਰੀਤ ਸਿੰਘ ਉਦੋਂ ਕੀ ਸੀ ਉਹਦਾ ਸਟੇਜ ਤੇ ਬੋਲਣਾ ਬੰਦ ਕੀਤਾ ਜੀ, ਕਿਉਂਕਿ ਜਿਹੜਾ ਸਾਰਾ ਪ੍ਰਵਚਨ ਸੀ ਇਹ ਲੀਡਰਸ਼ਿਪ ਨੂੰ ਨਕਾਰਨ ਦਾ ਪ੍ਰਵਚਨ ਸੀ, ਇਹ ਕਿਸਾਨ ਮੋਰਚਾ ਕਿਸਾਨਾਂ ਦੀ ਮੰਗਾਂ ਲਈ ਆ ਉਹਨੂੰ ਨਕਾਰਨ ਦਾ ਪ੍ਰਵਚਨ ਸੀ, ਇਹ ਉਹਨਾਂ ਦੀ ਲੀਡਰਸ਼ਿਪ ਦੇ ਫੈਸਲੇ ਨੂੰ ਨਕਾਰਨ ਦਾ ਪ੍ਰਵਚਨ ਸੀ, ਜਿਹਦਾ ਸਿੱਟਾ ਜਾ ਕੇ 26 ਤਰੀਕ ਵਾਲੀਆਂ ਘਟਨਾਵਾਂ ਨਿਕਲੀਆਂ ਨੇ ਜੀ ਜੀ ਜੀ, ਉਸ ਤੋਂ ਬਾਅਦ ਜਦੋਂ ਫਿਰ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹਦਾ ਅੱਜ ਮੁੱਖ ਨਿਸ਼ਾਨਾ ਮੁਸਲਮਾਨ ਤੇ ਕਮਿਊਨਿਸਟ ਨੇ, ਸਿੱਖਾਂ ਨਾਲ ਉਹ ਉਸ ਤਰ੍ਹਾਂ ਦਾ ਤਕਰਾਰ ਜਾਂ ਤਕਰਾਰ ਨਹੀਂ ਕਿਉਂਕਿ ਜਿਵੇਂ ਇੰਦਰਾ ਗਾਂਧੀ ਨੇ ਸਿੱਖਾਂ ਨੂੰ ਨਜਿੱਠਿਆ, ਇਸ ਕਰਕੇ ਉਹਨਾਂ ਨੇ ਕਿਹਾ ਵੀ ਸਿੱਖਾਂ ਨੂੰ ਅੱਡ ਕੀਤਾ ਜਾਵੇ, ਇਹਨੂੰ ਮੋਰਚੇ ਨੂੰ ਇਕੱਲਾ ਕਾਮਰੇਡਾਂ ਦਾ ਮੋਰਚਾ ਬਣਾਇਆ ਜਾਵੇ, ਠੀਕ ਹੈ, ਜਦੋਂ ਕਾਮਰੇਡਾਂ ਦਾ ਮੋਰਚਾ ਬਣਾਓਗੇ ਇਹਦਾ ਮਤਲਬ ਇਹਦੀਆਂ ਪ੍ਰਾਪਤੀਆਂ
ਸਾਡੇ ਪੰਜਾਬ ਤੋਂ ਸਾਡੇ ਸਿੱਖ ਇਤਿਹਾਸ ਤੋਂ ਵਿਰਸੇ ਤੋਂ ਅੱਡ ਹੋ ਜਾਣਗੀਆਂ ਜੀ। ਮਤਲਬ ਜਿਹਦਾ ਸਾਰਾ ਮੋਰਚੇ ਨੂੰ ਮਾਰਨਾ, ਦੁਨੀਆਂ ਨੂੰ ਮਾਰਨਾ, ਇਹ ਬਹੁਤ ਡੂੰਘੀ ਸੱਟ ਆ। ਇਹਨੂੰ ਕਾਮਰੇਡਾਂ ਦਾ ਮੋਰਚਾ ਕਰਾਰ ਦੇਣਾ ਤੇ ਕਾਮਰੇਡਾਂ ਦਾ ਕਹਿ ਕੇ ਸਿੱਖਾਂ ਨੂੰ ਅਲੱਗ ਕਰਨ ਦੀ ਕੋਸ਼ਿਸ਼ ਕਰਨੀ ਜੀ 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 ਦੇ ਵਿੱਚ ਮੈਨੂੰ ਕਹਿਣ ਕੋਈ ਹਰਜ ਨਹੀਂ। ਸਿੱਖ ਕਾਕਸ ਤੋਂ ਲੈ ਕੇ ਕਿਰਪਾਲ ਸਿੰਘਾਂ ਤੋਂ ਲੈ ਕੇ ਜਸਵੀਰ ਸਿੰਘ ਕੇਲਾ ਤੋਂ ਲੈ ਕੇ ਭਾਈ ਰਵੀ ਸਿੰਘ ਖਾਨਸਾਹੇਡ ਵਾਲਿਆਂ ਤੋਂ ਲੈ ਕੇ ਅਮੇਰ ਸਿੰਘ ਤੋਂ ਕੇ ਤੇ ਬਾਕੀ ਜਿਹੜੇ ਫੇਸਬੁੱਕ ਦੀ ਮੰਡੀਰ ਨਾ ਹੋਵੇ, ਉਹਨੂੰ ਕੋਈ ਸਮਝਦਾਰ ਸਿਆਣੇ ਲੋਕ ਨਹੀਂ, ਉਹਨਾਂ ਦੇ ਕੰਨ 'ਚ ਜਿਹੜੀ ਹੁੱਕ ਵੱਜ ਜਾਂਦੀ ਆ ਉਹਦੀ ਉਹ ਹਨੇਰੀ ਠਾਲ ਦਿੰਦੇ ਨੇ। ਇਹ ਲੋਕ ਸ਼ਾਮਿਲ ਨੇ, ਇਹਨਾਂ ਨੂੰ ਮੁੜ ਸੋਚਣਾ ਚਾਹੀਦਾ। ਦੇਖੋ ਬਹੁਤ ਪਾਣੀ ਪੁਲਾਂ ਦੇ ਹੇਠ ਦੀ ਲੰਘ ਗਿਆ ਜੀ। ਜਿਉਂ ਜਿਉਂ ਇਹ ਦੌਰ 'ਚ ਤਾਂ ਨਿਖੜੀ ਜਾਂਦੇ ਨੇ, ਤਿਉਂ ਤਿਉਂ ਹਮਲਾ ਤਿੱਖਾ ਕਰੀ ਜਾਂਦੇ ਨੇ ਜੀ। ਹਮਲਾ ਤਿੱਖਾ ਕਰੀ ਜਾਂਦੇ ਨੇ। ਇਹਨਾਂ ਨੂੰ ਮੁੜ ਕੇ ਸੋਚਣ ਦੀ ਲੋੜ ਆ। ਉਹ ਮੋਰਚਾ, ਉਹਦਾ ਪ੍ਰਵਚਨ ਜਿਹਨੇ ਪੰਜਾਬ ਦੀ ਸਿੱਖੀ ਸਾਡੀਆਂ ਪਰੰਪਰਾਵਾਂ ਦੀ ਸ਼ਾਨ ਨੂੰ ਬੁਲੰਦ ਕੀਤਾ ਜੀ, ਉਹਨੂੰ ਕਦੇ ਨਿਸ਼ਾਨ ਸਾਹਿਬ ਦੇ ਨਾਂ ਤੇ, ਕਦੇ ਕੇਸਰੀ ਸਾਹਿਬ ਦੇ ਨਾਂ ਤੇ ਇਹਦੇ ਵਿੱਚ ਉਲਝਾ ਕੇ ਇਹਨੂੰ ਡਾਈਵਰਟ ਕਰਨਾ, ਉਹਨਾਂ ਨੂੰ ਬਚਾ ਕਰਨਾ ਚਾਹੀਦਾ। ਸਾਰੀ ਦੁਨੀਆ ਦੇਖ ਰਹੀ ਆ ਕਿ ਗੁਰੂ ਸਾਹਿਬਾਨ ਦੇ ਪ੍ਰਕਾਸ਼ ਪੁਰਬ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਨ, ਭਗਤ ਰਵਿਦਾਸ ਹੋਰਾਂ ਦੇ ਦਿਨ, ਕਿੰਨੇ ਸਾਰੇ ਉੱਥੇ ਮੋਰਚੇ ਵੱਲੋਂ ਮਨਾਏ ਜਾ ਰਹੇ ਨੇ ਜੀ। ਅਧਿਕਾਰਾਂ ਦਾ ਦਿਨ ਮਨਾਇਆ ਜਾ ਰਿਹਾ, ਔਰਤਾਂ ਦੀ ਆਜ਼ਾਦੀ ਦਾ ਦਿਨ ਮਨਾਇਆ ਜਾ ਰਿਹਾ। ਜਾਣੀ ਇੱਕ ਨਵਾਂ ਪ੍ਰਵਚਨ, ਇੱਕ ਨਵਾਂ ਮਨੁੱਖ, ਇੱਕ ਨਵੀਂ ਸੋਚ ਆ ਜਿਹੜੀ ਉਹ ਇਹ ਉਭਾਰ ਰਿਹਾ ਜੀ। ਇਹ ਲੋਕ ਨੇ ਜਿਹੜੇ ਬਜਿੱਦ ਨੇ ਕਿ ਇਸ ਮੋਰਚੇ ਦੇ ਉੱਤੇ ਅਸੀਂ ਜਿਹੜਾ ਧਰਮ ਯੁੱਧ ਮੋਰਚੇ ਵਾਲਾ ਪ੍ਰਵਚਨ ਆ, ਜਿਹੜਾ ਮੋਰਚਾ ਵੱਖਰਾ ਸੀ, ਜਿਹਦਾ ਮਕਸਦ ਵੱਖਰਾ ਸੀ, ਸੰਤ ਭਿੰਡਰਾਲੇ ਦਾ ਪ੍ਰਵਚਨ ਆ, ਉਹ ਇਹ ਛਾਪਣ ਦਾ ਯਤਨ ਕਰ ਰਹੇ ਨੇ ਜੀ 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 ਜੀ। ਮਾਲੀ ਸਾਹਿਬ, ਅਖੀਰਲਾ ਕੁਐਸਚਨ ਇੱਥੇ ਮੇਰਾ ਕਿਸਾਨ ਮੋਰਚੇ 'ਤੇ, ਉਸ ਤੋਂ ਬਾਅਦ ਆਪਾਂ ਪੰਜਾਬ ਦੀ ਸਿਆਸਤ 'ਤੇ ਆਉਂਦੇ ਹਾਂ। ਐਟ ਦਿਸ ਟਾਈਮ, ਹੁਣ ਇੰਨਾ ਕੁਛ ਵਾਪਰਨ ਤੋਂ ਬਾਅਦ, 5 ਸਟੇਟਾਂ 'ਚ ਇਲੈਕਸ਼ਨ ਹੋ ਵੀ ਗਏ, ਕੌਣ ਜਿੱਤਿਆ ਕੌਣ ਹਾਰਿਆ ਉਹ ਆਪਾਂ ਨੂੰ ਅੱਡ ਛੱਡ ਦਿੰਦੇ ਹਾਂ। ਮੇਰਾ ਕੁਐਸਚਨ ਇਹ ਹੈ ਕਿ ਉੱਧਰੋਂ ਵੀ ਸਰਕਾਰ ਵਿਹਲੀ ਹੋ ਗਈ ਆ, ਇੱਧਰੋਂ ਕਿਸਾਨ ਆਪਦੀ ਫਸਲ ਕੱਟ ਕੇ ਸਾਂਭ ਕੇ ਵਿਹਲੇ ਹੋ ਗਏ ਆ, ਹੁਣ ਤੁਸੀਂ ਮੂਵਿੰਗ ਫੋਰਵਰਡ ਕਿੱਥੇ ਦੇਖ ਰਹੇ ਹੋ? ਕਿਸਾਨਾਂ ਦਾ ਜਿਹੜਾ ਅੰਦੋਲਨ ਹੈ, ਕੋਈ ਗੱਲਬਾਤ ਦੀ ਕੋਈ ਨਜ਼ਰ ਆ ਰਹੀ ਹੈ ਤੁਹਾਨੂੰ? ਦੇਖੋ ਜੀ, ਪਹਿਲੀ ਗੱਲ ਇਹ ਆ, ਹੁਣ ਤੱਕ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਨੇ ਉਹਦੇ ਵਿੱਚ ਕਿਸਾਨ ਲੀਡਰਸ਼ਿਪ ਨੇ ਹਮੇਸ਼ਾ ਜਿੱਤ ਪ੍ਰਾਪਤ ਕੀਤੀ ਹੈ ਜੀ। ਜਦੋਂ ਸਰਕਾਰ, ਮਾਲੀ ਸਾਹਿਬ ਇੱਕ ਕਾਲਰ ਜੁੜ ਗਿਆ, ਆਪਾਂ ਉਹਨਾਂ ਦਾ ਕੁਐਸਚਨ ਲੈ ਕੇ ਕੰਟੀਨਿਊ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ, ਕੌਣ ਸਾਹਿਬ ਬੋਲ ਰਹੇ ਹੋ? ਜੀ ਪੰਨੂ ਬੋਲ ਰਿਹਾ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਕੀ ਹਾਲ ਹੈ ਤੁਹਾਡਾ? ਬਹੁਤ ਬਹੁਤ ਸਵਾਗਤ ਪ੍ਰੋਗਰਾਮ 'ਚ। ਹਾਂਜੀ ਜੀ ਪੰਨੂ ਸਾਹਿਬ, ਆਪਣੇ ਨਾਲ ਮਾਲਵਿੰਦਰ ਸਿੰਘ ਮਾਲੀ ਸਾਹਿਬ ਜੁੜੇ, ਕੋਈ ਕੁਐਸਚਨ ਉਹਨਾਂ ਤੱਕ? ਜੀ ਹਾਂਜੀ, ਕੋਈ ਕੁਐਸਚਨ ਮਾਲੀ ਸਾਹਿਬ ਤੱਕ ਤੁਹਾਡਾ? ਪੰਨੂ ਸਾਹਿਬ ਜੀ, ਕਿਹੜੇ ਟੌਪਿਕ ਤੇ ਗੱਲ ਚੱਲ ਰਹੀ ਜੀ? ਇਹ ਕਿਸਾਨ ਮੋਰਚੇ ਤੇ ਜੀ ਜਿਹੜੀ ਗੱਲ ਚੱਲ ਰਹੀ ਹੈ, ਉਹ ਬੜਾ ਸੋਹਣਾ ਐਲੈਬੋਰੇਟ ਕਰ ਰਹੇ, ਜਿਹੜੀ ਮੰਦਭਾਗੀ ਘਟਨਾ ਵਾਪਰੀ ਉਹ ਉਸ ਦੇ ਬਾਰੇ ਗੱਲ ਕਰ ਰਹੇ ਨੇ ਕਿ ਉਹ ਕਿੱਦਾਂ ਹੋਈ, ਅਤੇ ਉਸ ਤੋਂ ਬਾਅਦ ਉਹ ਐਲੈਬੋਰੇਟ ਕਰ ਰਹੇ ਨੇ ਕਿ ਅਗਾਂਹ ਅੱਗੇ ਆਉਣ ਵਾਲਾ ਕੀ ਰਣਨੀਤੀ ਹੋਊਗੀ ਕਿਸਾਨਾਂ ਦੀ ਜਾਂ ਸਰਕਾਰਾਂ ਦੀ। ਹਾਂਜੀ ਮਾਲੀ ਸਾਹਿਬ ਨੂੰ ਅਸੀਂ ਇਹੀ ਸਵਾਲ ਪੁੱਛਣਾ ਚਾਹਾਂਗੇ ਵੀ ਇਹ ਜਿਹੜੀ ਮਾੜੀ ਘਟਨਾ ਵਾਪਰੀ ਆ, ਇਸ ਦੇ ਉੱਤੇ ਕਿਸਾਨ ਮੋਰਚਾ ਕਿਹੜੇ ਤਰੀਕੇ ਨਾਲ ਆਪਣੇ ਆਪ ਨੂੰ ਉਭਾਰ ਸਕੇਗਾ, ਤੇ ਅਗਲੀ ਰਣਨੀਤੀ ਕਿਸਾਨ ਮੋਰਚੇ ਦੀ ਕੀ ਹੋਏਗੀ? ਇਹ ਕਿਸਾਨ ਮੋਰਚਾ ਕਾਫੀ ਲੰਬਾ ਹੋ ਗਿਆ, ਔਰ ਕਿੱਦਾਂ ਇਸ ਨੂੰ ਇਹ ਸਸਟੇਨ ਕਰਨ ਜੀ? ਬਹੁਤ ਬਹੁਤ ਧੰਨਵਾਦ ਪੰਨੂ ਸਾਹਿਬ, ਹੁਣੀ ਕੁਐਸਚਨ ਦਾ ਆਨਸਰ ਹੁਣੀ। ਹਾਂਜੀ ਮਾਲੀ ਸਾਹਿਬ, ਕੁਐਸਚਨ ਸਮਝ ਆ ਗਿਆ ਜੀ ਸਾਰਾ? ਹਾਂਜੀ ਕੁਐਸਚਨ ਮੈਨੂੰ ਸਮਝ ਵੀ ਆ ਗਿਆ, ਤੇ ਮੈਂ ਮਹਿਸੂਸ ਕਰਦਾ ਕਿ ਇਹਦਾ ਜਵਾਬ ਮੈਂ ਆਲਰੇਡੀ ਦੇ ਚੁੱਕਿਆ, ਪਰ ਇੱਕ ਵਾਰ ਥੋੜ੍ਹਾ ਜਿਹਾ ਦੱਸ ਦਿਓ ਕਿ ਇਹ ਐਲੈਬੋਰੇਟ ਥੋੜ੍ਹਾ ਜਿਹਾ ਕਰ ਦਿਓ ਕਿ ਤੁਸੀਂ ਪੰਨੂ ਸਾਹਿਬ ਸੁਣਨਾ ਮੰਗਦੇ ਹੈ ਕਿ ਇਹ ਇਸ ਚੀਜ਼ 'ਚੋਂ ਉੱਭਰ ਕੇ ਕਿਸ ਤਰ੍ਹਾਂ ਬਾਹਰ ਆਏਗਾ ਕਿਸਾਨ ਮੋਰਚਾ? ਦੇਖੋ ਜੀ, ਇਹ ਜਿਹੜੀ ਘਟਨਾ ਹੋਈ ਆ, ਇਹਨੂੰ ਹਾਲਤ ਹਾਲਤ 'ਚ ਵਧੀਆ ਤਰੀਕੇ ਨਾਲ ਉਹਨਾਂ ਨੇ ਜਿੱਤਿਆ, ਪਰ ਮੈਂ ਇਹ ਨਹੀਂ ਕਹਿੰਦਾ ਕਿ ਕਮੀਆਂ ਪੇਸ਼ੀਆਂ ਨਹੀਂ ਰਹੀਆਂ ਜੀ। ਜਦੋਂ ਆਫਟਰ ਥੌਟ ਹੁੰਦਾ, ਜਦੋਂ ਆਪਾਂ ਬਾਅਦ ਦੇ ਵਿੱਚ ਸੋਚਦੇ ਹਾਂ, ਕਈ ਗੱਲਾਂ ਸਾਹਮਣੇ ਆਉਂਦੀਆਂ ਵੀ ਜੇ ਅਸੀਂ ਐਂ ਕਰ ਲੈਂਦੇ, ਜੇ ਅਸੀਂ ਐਂ ਕਰ ਲੈਂਦੇ, ਇਹ ਕਿਸਾਨ ਲੀਡਰਸ਼ਿਪ ਨੇ ਸੋਚਣ ਦਾ ਸਵਾਲ ਆ, ਉਹ ਸੋਚ ਰਹੇ ਨੇ ਹੋਰ ਇਹਨੂੰ ਵਧੀਆ ਤਰੀਕੇ ਨਾਲ ਕਿਵੇਂ ਨਜਿੱਠਿਆ ਜਾ ਸਕਦਾ ਸੀ। ਪਰ ਅੱਜ ਦੀ ਤਰੀਕ ਪੂਰੀ ਤਰ੍ਹਾਂ ਕਿਸਾਨ ਮੋਰਚਾ, ਪੂਰੀ ਤਰ੍ਹਾਂ ਉਹਨਾਂ ਦਾ ਪਰਿਵਾਰ ਇੱਕ ਮੱਤ ਨੇ, ਤੇ ਉਹ ਰਲ ਕੇ ਜਿਹੜਾ ਪੁਲਿਸ ਦਾ ਕੇਸ ਆ ਉਹਨੂੰ ਸਹਿਯੋਗ ਦੇ ਰਹੇ ਨੇ, ਉਹਨੂੰ ਆਪਦੇ ਸਿੱਟੇ ਤੱਕ ਪਹੁੰਚਾਉਣ ਲਈ ਉਹ ਸਾਰੇ ਯਤਨਸ਼ੀਲ ਨੇ। ਤੋ ਇਹਦੇ ਜੋ ਨੈਗੇਟਿਵ ਪ੍ਰਭਾਵ ਪੈਣੇ ਸੀ ਉਹਦੀ ਖਾਤਰ ਉਹਨਾਂ ਦੇ ਅਗਲੇ ਸਟੈਪ ਆ ਜਿਹੜੇ ਉਹ ਲਾਜ਼ਮੀ ਚੁੱਕਣਗੇ। ਜਿਵੇਂ ਮੈਂ ਤੁਹਾਨੂੰ ਕਿਹਾ ਵੀ ਜਿਵੇਂ ਬਾਹਰੋਂ ਜਿਹੜੀਆਂ ਬੀਬੀਆਂ ਆਉਂਦੀਆਂ ਨੇ, ਇਕੱਲੀਆਂ ਆਉਂਦੀਆਂ ਨੇ, ਸਮਾਜਿਕ ਕਾਰਕੁਨ ਨੇ, ਉਹਨਾਂ ਦੀ ਸਿਹਤ ਵੱਲ, ਸਾਂਭ ਸੰਭਾਲ ਵੱਲ ਵਿਸ਼ੇਸ਼ ਧਿਆਨ ਦੇਣ ਦੀ ਗੱਲ ਆ, ਉਹ ਕਿਸਾਨਾਂ ਕੋਲ ਲਾਜ਼ਮੀ ਇਸ ਪਾਸੇ ਕਰਨੀ ਜੀ। ਜੀ ਪੰਨੂ ਸਾਹਿਬ, ਹੋਰ ਕੋਈ ਕੁਐਸਚਨ ਜੀ?
जी बहुत बहुत मेहरबानी जी, धन्यवाद पुनू साहब, तुसी कॉल की बहुत बहुत धन्यवाद तुहाडा। धन्यवाद जी। माली साहब आप एक ब्रेक लेने हैं तो उस तो बाद जुड़ते हैं, छोटी जी ब्रेक, दर्शकों साढ़े बने हुए हैं मालविंदर सिंह माली, आप लेने एक छोटी जी ब्रेक, इसे तरह बने रहो जस पंजाबी ते। स्वागत जी तुहाडा सारिआं दा फेयर प्रोग्राम ओपन प्लेटफॉर्म, मैं तुहाडा गुरलाल हाजिर, अपने नाल जुड़े हुए हैं मालविंदर सिंह माली सीनियर जर्नलिस्ट पंजाब तो। माली साहब ब्रेक तो बाद स्वागत जी तुहाडा फेयर, तो मेरा जिहड़ा क्वेश्चन है माली साहब कि असी स्वागत करते हैं माली साहब, मेरा क्वेश्चन है क्विकली क्योंकि अपने को क्वेश्चन होर बहुत ने, आपां पंजाब दी सियासत ते भी आना, करोना महामारी ते भी जाना, हुण सरकारां भी वेलियां ते किसान भी वेले आ, कोई आस दी नज़र आस नज़र आ रही है जी गलबात दी? हाँ जी बिल्कुल, गलबात तो होनी होनी है क्योंकि प्रेशर एडा वड्डा बन रहा, लगातार बढ़ रहा, मोर्चा लुकाउण दा मतलब उन्होंने यही देखना सी मोर्चे की फुट पाई जा सकती है, किन्ना कटोला कटोला वधाया जा सकता, वह सारे मसले जिहड़े अंदरूनी सी जां बाहरलियां ताकतां पाउंदियां सी उह तां मोर्चे ने निजिठ ले, हुण मोर्चा पहलां नालों वध गम्मे नाल आ, वध मजबूत आ, वध सेफ आ, वध सुरक्षित आ, ते कल तो ही काफले ने जिहड़े सारे बार्डरां तों वड्डी गिणती उत्ते पहुंचण लगे ने, गिणती फिर भी उत्थे वध रही है लगातार जी। तो जी जिहड़ा किसान मोर्चे ने घोल जित्तिया होया, जदों मैं कहना जदों सरकार कह रही है भी 2 साल असीं लागू नहीं करांगे, सुप्रीम कोर्ट वल्लों रोक लाई हुई है, कानून ये लागू नहीं, ये कानून इस रूप लागू नहीं हो सकते, रस्मी ऐलान सरकार करती है, कदों करती है, नहीं करती जां किवें करती है अगली गल हैगी है जी। इस करके किसान मोर्चे का गलबात पूरी हद उत्ते सी, जिहड़ी मैं गल कर रहा सी जदों सरकार ने गल तोड़ी है, उन्हें हार के गल तोड़ी है, गलबात जो हार गई सी वो बिल्कुल उन्होंने कहा जी कोई हेठला समझौता सामने लेके आओ, उदा वाला लेके आओ, तो वह भी फिर वो एक वड्डी गल है भी जिहड़ा चोणां च झटका लग्गिया सरकार नूं, जिहड़ा हिंदू मुस्लिम कार्ड सी इवन बंगाल च किन्ना जोर लाया सी इन्होंने चलाउण दा जी, उत्थे भी वो कार्ड उस रूप दे विच नहीं चलिया, सियासी तौर पर हार वाले पासे जा रही है सरकार, ਜਿਹੜੇ ਸੰਘਰਸ਼ੀ ਲੋਕ ਨੇ ਉਹ ਕਿਸਾਨ ਅੰਦੋਲਨ ਤੋਂ ਪ੍ਰੇਰਨਾ ਲੈ ਕੇ ਮੈਦਾਨ 'ਚ ਹੋਰ ਨਿਤਰਨਗੇ ਨਿਤਰ ਰਹੇ जी 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 माली साहब आ तो हुई किसान अंदोलन बहुत सोहना तुहाडा बहुत बहुत शुक्रिया, मैनू हुण एक मोटा जिहा अपने को क्वेश्चन बहुत ने, काटो कलेश चल रहा पंजाब कांग्रेस दे विच, मैं कांग्रेस की गल पहला दूजियां पार्टियां दी भी करांगे, पहला मैं तां कर रहा हां कि क्योंकि इस वेले सत्ता च ने, कदे लंच डिप्लोमेसी चलती है, कदे डिनर डिप्लोमेसी चलती है, चलो चली जाण दिओ उहदा कोई फर्क नहीं पैंदा, प्रॉब्लम यह है कि गल नवजोत सिंह सिद्धू 1 साल 1.5 साल चुप रहिंदा, फिर कदे कदे कोई ट्वीट आउंदा, फिर जदों आ सिट दा फैसला आ जांदा है कि उह सिट रद्द हो गई है, माणयोग अदालत ने क्यों कीती क्यों नहीं कीती आपां उत्ते टिप्पणी नहीं करदे, पर उस तों बाद फिर एक ट्वीट फिर ठा 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 आपदियां वल भी आपदी सरकार वल भी, फिर 2-4 मंत्री उहनां नूं मिलदे हैं, लगदा है कि एक नवा ग्रुप खड़ा हो रहा है, ठीक है, उस तो बाद उही मंत्री दूजे पासे चल जाते, होर एक बीते कल एक होर मीटिंग हुई उत्ते मैं बाद च आना, मैनू यह दसो कि ये एक नवा ग्रुप खड़ा हो रहा, सिद्धू नू एक तकड़ा लीडर उभारन की कोशिश हो रही है या उन्होंने खुडे लैन लाने की कोशिश हो रही है? देखो पहली गल है जी सिद्धू वालों एक कोई नवा मामला नहीं, तुहाडे याद हो गल 21 शुरू हुई सी जी, जदों बठिंडा रैली सी जिहदे विच प्रियंका गांधी भी शायद उत्थे हाजिर सी, ਇਕੱਠੇ ਆਏ ਸੀ ਜੀ ਹੈਲੀਕਾਪਟਰ ਤੇ ਪ੍ਰਿਯੰਕਾ ਤੇ ਸਿੱਧੂ, ਹਾਂਜੀ ਉੱਥੇ ਨਵਜੋਤ ਸਿੰਘ ਸਿੱਧੂ ਨੇ ਸਵਾਲ ਉਭਾਰਿਆ ਸੀ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਨੂੰ ਗਲਤ ਹੈਂਡਲ ਕਰਨ ਕਰਕੇ ਬਾਦਲ ਅੱਡ ਸੜਕਾਂ ਤੇ ਰੋਲਤਾ ਲੋਕਾਂ ਨੇ, ਜੇ ਅਸੀਂ ਇਨਸਾਫ ਨਾ ਦਵਾਇਆ ਤਾਂ ਸਾਡਾ ਹਾਲ ਵੀ ਉਹੀ ਹੋਣਾ ਜੀ, ਉੱਥੇ ਤਕਰਾਰ ਸ਼ੁਰੂ ਹੋਇਆ ਸੀ ਜਦੋਂ ਉਹਨੇ 75-25 ਦੀ ਗੱਲ ਕੀਤੀ ਸੀ ਜੀ, ਇਹ ਮਿਲ ਕੇ ਖੇਡ ਖੇਡੀ ਜਾਣੀ, ਉਸ ਤੋਂ ਬਾਅਦ ਲਗਾਤਾਰ ਨਵਜੋਤ ਸਿੰਘ ਸਿੱਧੂ ਇੱਕ ਆਪਦਾ ਵੱਖਰਾ ਪ੍ਰਵਚਨ ਉਭਾਰ ਰਿਹਾ ਕਾਂਗਰਸ ਦੇ ਵਿੱਚ ਹੁੰਦਿਆਂ, ਕਰਤਾਰਪੁਰ ਸਾਹਿਬ ਦੇ ਲਾਂਘੇ ਤੋਂ ਲੈ ਕੇ ਜਿਹਨੇ ਕਿਹਾ ਸੀ ਪਾਕਿਸਤਾਨ ਤੇ ਭਾਰਤ ਦੇ ਵਿੱਚ ਅਮਨ ਤੇ ਸ਼ਾਂਤੀ ਹੋਣੀ ਚਾਹੀਦੀ ਹੈ, ਇਹ ਜਿਹੜੇ ਲਾਂਘਾ ਕੰਦਾ ਕਰਤਾਰਪੁਰ ਦਾ ਲਾਂਘਾ ਨਹੀਂ ਸਾਰੇ ਬਾਰਡਰ ਖੁੱਲ੍ਹਣੇ ਚਾਹੀਦੇ ਆ, ਖੁੱਲ੍ਹਾ ਵਪਾਰ ਹੋਣਾ ਚਾਹੀਦਾ ਜੀ, ਉਹਦੇ ਖਿਲਾਫ਼ ਬੜੇ ਪ੍ਰਚਾਰ ਹੋਇਆ ਤੇ ਉਹ ਇਕੱਲਾ ਹਿੱਕ ਨਾ ਕਿਹਦੇ ਖਿਲਾਫ਼ ਲੜੇ, ਉਸ ਤੋਂ ਪਹਿਲਾਂ ਮੰਤਰੀ ਹੁੰਦੇ ਹੋਏ ਜੀ ਉਹਦੀ ਸੁਣੀਤ ਵਾਲੀ ਉਹਦੀ ਅਗਵਾਈ 'ਚ ਕੋਈ ਕਮੇਟੀ ਬਣੀ ਵੀ ਸ਼ਰਾਬ ਮਾਫੀ ਦਾ ਕੀ ਹੱਲਾ, ਉਹਨੇ ਬਦਲਵੀਂ ਨੀਤੀ ਲਿਆ ਕੇ ਰੱਖੀ ਵੀ ਸਰਕਾਰੀ ਕਾਰਪੋਰੇਸ਼ਨ ਬਣਾਓ, ਰੇਤ ਮਾਫੀ ਦਾ ਕੀ ਹੱਲਾ, ਉਹਨੇ ਬਦਲਵੀਂ ਨੀਤੀ ਲਿਆ ਕੇ ਰੱਖੀ ਸਰਕਾਰੀ ਕਾਰਪੋਰੇਸ਼ਨ ਬਣਾਓ ਜੀ ਜੀ,
ਗੈਰ ਕਾਨੂੰਨੀ ਕਲੋਨੀਆਂ ਦਾ ਕਿਵੇਂ ਮਸਲਾ ਹੱਲ ਹੋਊਗਾ? ਕਹਿੰਦਾ ਜਿਹੜੇ ਹਿਸਾਬ ਨਾਲ ਤੁਸੀਂ ਕਹਿ ਰਹੇ ਹੋ ਇੱਕ ਸਰਕਾਰ ਆਉਂਦੀ ਆ ਉਹ ਗੈਰ ਕਾਨੂੰਨੀ ਬਣਾ ਲੈਂਦੇ ਆ, ਨਵੀਂ ਸਰਕਾਰ ਆਉਂਦੀ ਆ ਉਹ ਪੈਸੇ ਲੈ ਕੇ ਉਹਨਾਂ ਨੂੰ ਕਾਨੂੰਨੀ ਬਣਾ ਦਿੰਦੀ ਆ ਤੇ ਰੁਕਣਾ ਨਹੀਂ ਆ ਮਤਲਬ। ਹਾਂਜੀ ਉਹਨੇ ਇੱਕ ਆਪਣੀ ਨੀਤੀ ਪਾਲਸੀ ਰੱਖੀ, ਫਿਰ ਟੈਕਸ ਚੋਰੀ ਦਾ ਉਹਨੇ ਲੁਧਿਆਣਾ ਦਾ ਇੱਕ ਐਗਜ਼ਾਮਪਲ ਸਾਹਮਣੇ ਰੱਖੀ ਵੀ ਇਸ਼ਤਿਹਾਰਬਾਜ਼ੀ 'ਚ ਕਿੱਡੀ ਵੱਡੀ ਟੈਕਸ ਚੋਰੀ ਹੋ ਰਹੀ ਆ। ਰਾਈਟ, ਉਹਨੇ ਸਾਫ਼ ਕਿਹਾ ਸੀ ਜਦੋਂ ਤੱਕ ਖਜ਼ਾਨੇ ਨੂੰ ਜਿਹੜਾ ਖਾਲ ਜਾਂਦਾ ਲੋਕਾਂ ਦੇ ਟੈਕਸ ਦਾ ਉਹਦੇ ਵਿਚਲੀਆਂ ਘਰਲਾ ਬੰਦ ਨਹੀਂ ਕਰਦੇ ਉਦੋਂ ਤੱਕ ਖਜ਼ਾਨਾ ਨਹੀਂ ਭਰਨਾ ਤੇ ਉਦੋਂ ਤੱਕ ਮਸਲੇ ਹੱਲ ਨਹੀਂ ਹੋਣੇ। ਜੀ 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 ਕਿਸਾਨ ਅੰਦੋਲਨ ਹੋਇਆ, ਕਿਸਾਨ ਅੰਦੋਲਨ ਦੌਰਾਨ ਵੀ ਉਹਨੇ ਆਪਣੀ ਵੱਖਰੀ ਗੱਲ ਰੱਖੀ ਕਿ ਡਾਈਵਰਸੀਫਿਕੇਸ਼ਨ ਹੋਣੀ ਚਾਹੀਦੀ ਆ, ਝੋਨਾ ਖਤਮ ਕਰਨਾ ਚਾਹੀਦਾ, ਇਹਦੀ ਥਾਂ ਤੇ ਜਿਹੜੀਆਂ ਫਸਲਾਂ ਬੀਜਣੀਆਂ ਨੇ ਉਹਨਾਂ ਦਾ MSP ਦੇਣਾ ਚਾਹੀਦਾ, ਕਰਨਾ ਚਾਹੀਦਾ, ਟੂਲ ਚੇਨ ਉਸਾਰਨੀ ਚਾਹੀਦੀ ਆ। ਜੀ ਤੇ ਦੂਜਾ ਉਹਨੇ ਕਿਹਾ ਵੀ ਨੀਤ ਤੇ ਨੀਤੀਆਂ ਬਦਲੇ ਬਿਨਾਂ ਮਸਲਾ ਹੱਲ ਨਹੀਂ ਹੋਣਾ। ਜੀ ਹੁਣ ਇਹ ਬੇਅਦਬੀ ਵਾਲੀ ਜਿਹੜੀ ਗੱਲ ਸੀ ਇਹ ਸੀ ਦਰਮਦਾਰ ਸੀ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਬਾਰੇ ਤਾਂ ਕਿਸੇ ਨੂੰ ਕੋਈ ਰੌਲਾ ਨਹੀਂ, ਨਿਖਿੱਤ ਕਾਰਗੁਜ਼ਾਰੀ ਆ। ਜੀ ਲੀਡਰਸ਼ਿਪ ਤਬਦੀਲੀ ਦਾ ਅਮਲ ਪਹਿਲਾਂ ਵੀ ਚੱਲਿਆ ਸੀ ਪਰ ਕਰੋਨਾ ਤੇ ਕਿਸਾਨ ਅੰਦੋਲਨ ਕੈਪਟਨ ਦੇ ਪੈਰ ਹੇਠਾਂ ਵੀ ਬਟੇਰਾ ਆ ਗਿਆ ਇਹ। ਜੀ ਸਿਆਣਪ ਨਾਲ ਹੱਲ ਕੀਤਾ, ਟਕਰਾਅ ਨਹੀਂ ਪੈਦਾ ਕੀਤਾ, ਜਿਹਦੇ ਕਰਕੇ ਉਹ ਇੱਕ ਅਮਲ ਜਿਹੜਾ ਲੀਡਰਸ਼ਿਪ 'ਚ ਬਦਲਾਅ ਦਾ ਸੀ ਉਹ ਰੁਕ ਗਿਆ ਸੀ। ਕਿਹਾ ਜਾ ਹੋਣਾ ਸੀ ਕਿਵੇਂ ਹੋਣਾ ਸੀ, ਇੱਕ ਗੱਲ ਸਾਫ਼ ਨਿਤਰ ਆਈ ਸੀ ਵੀ ਕੈਪਟਨ ਦੀ ਅਗਵਾਈ 'ਚ ਕਾਰਗੁਜ਼ਾਰੀ ਦੇ ਆਧਾਰ 'ਤੇ ਲੜ ਕੇ ਚੋਣਾਂ ਨਹੀਂ ਦਿੱਤੀਆਂ ਜਾ ਸਕਦੀਆਂ, ਜਿਹਦੇ ਕਰਕੇ ਕਾਂਗਰਸ ਦੇ ਵਿੱਚ ਜਾਂ ਪੰਜਾਬ ਦੇ ਲੋਕਾਂ 'ਚ ਨਵਜੋਤ ਸਿੰਘ ਸਿੱਧੂ ਦੇ ਵਿਚਾਰਾਂ ਨੂੰ ਤੇ ਸੁਧਾਰਾਂ ਨੂੰ ਇੱਕ ਹਾਂ ਪੱਕੀ ਹੁੰਗਾਰਾ ਮਿਲ ਗਿਆ ਸੀ। ਨੁਕਤਾ ਕੀ ਸੀ? ਕਾਰਗੁਜ਼ਾਰੀ 'ਤੇ ਚੋਣ ਲੜੀ ਜਾਣੀ ਆ ਜਾਂ ਸਿੱਧੂ ਦੇ ਵਿਚਾਰਾਂ 'ਤੇ ਸੁਧਾਰਾਂ 'ਤੇ ਲੜੀ ਜਾਣੀ ਆ? ਹਾਈ ਕਮਾਂਡ ਵੀ ਇਸ ਮਾਮਲੇ 'ਚ ਦੋਵਾਂ ਚਾਰ ਦੋਹਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ, ਚਲੋ ਨਹੀਂ ਹੋਏ, ਮੁੜ ਕੇ ਟਕਰਾਅ ਪੈਦਾ ਹੋ ਗਿਆ। ਜੀ ਹੁਣ ਜਿਹੜੀ ਗੱਲ ਆ ਜੋ ਮੈਨੂੰ ਮਹਿਸੂਸ ਹੋ ਰਹੀ ਆ ਜੀ ਵੀ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਬੋਲਣ ਲਈ ਮੰਤਰੀ ਮੰਡਲੀ ਮੀਟਿੰਗ ਦੇ ਵਿੱਚ ਮਿਹਣੇ ਦਿੱਤੇ ਕੈਪਟਨ ਨੇ ਵੀ ਤੁਸੀਂ ਬੋਲਦੇ ਕਿਉਂ ਨਹੀਂ, ਕਿੰਨਾ ਕੁਛ ਬੋਲੀ ਜਾ ਰਿਹਾ, ਹੋਰ ਵੀ ਬੋਲੀ ਜਾ ਰਹੇ ਨੇ। ਉਹਨਾਂ ਨੇ ਕਿਹਾ ਜੀ ਅਸੀਂ ਕੀ ਕਰੀਏ, ਤੁਹਾਡੀ ਤਾਂ ਕੱਲ੍ਹ ਨੂੰ ਤੁਸੀਂ ਚਾਹ ਦੇ ਕੱਪ 'ਤੇ ਬੁਲਾ ਲਓਗੇ, ਤੁਹਾਡੀ ਕੀ ਰੀਝ ਪੱਕ ਰਹੀ ਆ, ਸਾਨੂੰ ਪਤਾ ਨਹੀਂ ਅਸੀਂ ਬੋਲਣ ਲੱਗ ਜਾਈਏ, ਕੱਲ੍ਹ ਨੂੰ ਤੁਸੀਂ ਉਹਨੂੰ ਡਿਨਰ 'ਤੇ ਬੁਲਾ ਲਓ। ਜੀ ਉਸ ਤੋਂ ਬਾਅਦ ਕੈਪਟਨ ਨੇ ਬੜਾ ਸਖਤ ਬਿਆਨ ਦਿੱਤਾ ਵੀ ਤੇਰਾ ਰਾਹ ਅੱਡਾ ਮੇਰਾ ਰਾਹ ਅੱਡਾ, ਪਰ ਕੈਪਟਨ ਦੇ ਉਸ ਬਿਆਨ ਨੂੰ ਵੀ ਕੋਈ ਹੁੰਗਾਰਾ ਨਹੀਂ ਮਿਲਿਆ। ਤੁਸੀਂ ਦੇਖ ਲਓ ਦੋ ਤਿੰਨ ਮੰਤਰੀ ਆ ਜਿਹੜੇ ਇਹਨਾਂ ਦੀ ਕੋਈ ਉਸ ਤਰ੍ਹਾਂ ਖਾਸ ਵੈਲਿਊ ਨਹੀਂ, ਕਈ ਦਿਨਾਂ ਬਾਅਦ ਉਹਨਾਂ ਦੇ ਨਾਂ ਵੀ ਬਿਆਨ ਆਇਆ। ਹੁਣ ਇਹ ਜਿਹੜਾ ਨਵਾਂ ਫੁੱਟਬਾਲ ਉੱਠਿਆ ਜਿਹਨੂੰ ਆਪਾਂ ਕਹਿ ਦਈਏ, ਕੁਛ ਮੰਤਰੀ ਰੁੱਸੇ ਹੋਏ ਨੇ, ਇੱਕ ਦਲਿਤਾਂ ਦੀ ਇੱਕ ਵੱਖਰੀ ਮੀਟਿੰਗ ਹੋਈ ਆ ਜੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਦਲਿਤਾਂ ਨਾਲ ਬੈਕਵਰਡ ਨਾਲ ਜਿਹੜੇ ਵਾਅਦੇ ਕੀਤੇ ਸੀ ਅਸੀਂ ਉਹਦੀ ਸਮੀਖਿਆ ਕੀਤੀ ਆ, ਅਸੀਂ ਕੈਪਟਨ ਸਾਹਿਬ ਨੂੰ ਮਿਲਾਂਗੇ, ਉਹ ਵੀ ਹੋਣੇ ਚਾਹੀਦੇ ਨੇ, ਕਿਉਂਕਿ ਸਾਰੀਆਂ ਪਾਰਟੀਆਂ ਪੰਜਾਬ ਸਿਆਸੀ ਬਦਲ ਮੰਗਦਾ, ਬਦਲ ਵੀ ਸਿਆਸਤ ਮੰਗਦਾ, ਗੁੱਡ ਗਵਰਨੈਂਸ ਮੰਗਦਾ, ਪਰ ਕੋਈ ਵੀ ਪਾਰਟੀ ਇਸ ਪਾਸੇ ਤੁਰਨ ਨੂੰ ਤਿਆਰ ਨਹੀਂ, ਜਿਹਦੇ ਕਰਕੇ ਤਿੰਨਾਂ ਚਾਰਾਂ ਪਾਰਟੀਆਂ ਨੇ ਨਾਅਰੇ ਕੀ ਦਿੱਤੇ, ਪਹਿਲਾ ਨਾਅਰਾ ਦਿੱਤਾ 85% ਵਾਅਦੇ ਪੂਰੇ ਕਰ ਲਏ ਜੀ, 15 ਰਹਿ ਗਏ ਇੱਕ ਸਾਲ 'ਚ ਕਰ ਦਾਂਗੇ। ਜੀ 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 ਅਕਾਲੀ ਦਲ ਕਹਿੰਦਾ ਪੰਜਾਬ ਜਵਾਬ ਮੰਗਦਾ ਜੀ, ਜੋ ਵਾਅਦੇ ਕੀਤੇ ਸੀ ਪੂਰੇ ਕਰੋਗੇ ਜਾਂ ਨਾ ਕਰੋਗੇ। ਫਿਰ ਕੇਜਰੀਵਾਲ ਕਹਿੰਦਾ ਜਿਹੜੇ ਵਾਅਦੇ ਦੋਹਾਂ ਨੇ ਵੀ ਪੂਰੇ ਕੀਤੇ ਹੋਣਾ ਹੈ ਕਰੂੰ ਜੀ। ਭਾਰਤੀ ਜਨਤਾ ਪਾਰਟੀ ਕਹਿੰਦੀ ਜੀ ਕਿਉਂਕਿ ਦਲਿਤਾਂ ਦੀ ਵਸੋਂ 34% ਆ ਪੰਜਾਬ 'ਚ, ਸਾਡਾ ਦਲਿਤ ਮੁੱਖ ਮੰਤਰੀ ਹੋਊ ਜੀ। ਮਾਲੀ ਸਾਹਿਬ ਮੈਂ 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 ਤੁਹਾਡੀ ਗੱਲ ਮੰਨੀ ਮਾਲੀ ਸਾਹਿਬ, ਮੈਂ ਵਾਪਸ ਪੰਜਾਬ ਦੇ ਜਿਹੜਾ ਕਲੇਸ਼ ਕਾਂਗਰਸ ਦੇ ਵਿੱਚ ਪਿਆ ਹੋਇਆ ਕਿ ਦੋ ਗਰੁੱਪ ਜਾਂ ਕਿਤੇ ਲੱਗਦਾ ਕਿ ਪ੍ਰਤਾਪ ਸਿੰਘ ਬਾਜਵਾ ਵੀ ਅੱਜ ਕੱਲ੍ਹ ਚੰਡੀਗੜ੍ਹ ਜ਼ਿਆਦਾ ਟਾਈਮ ਬਿਤਾ ਰਹੇ ਨੇ, ਉਹ ਵੀ ਬਹੁਤ ਵੱਡੀਆਂ ਮੀਟਿੰਗਸ ਕਰ ਰਹੇ ਨੇ, ਕੋਈ ਤੀਜਾ ਗਰੁੱਪ ਵੀ ਹੋ ਸਕਦਾ ਜਿਹੜਾ, ਸਾਨੂੰ ਕੋਈ ਤੱਥੇ ਸਾਹਮਣੇ ਨਹੀਂ ਹੈ, ਪਰ ਦੇਖਣਾ ਕਿ ਇਹ ਗੱਲ ਆਉਣ ਵਾਲੀਆਂ 2022 ਦੀਆਂ ਜਿਹੜੀਆਂ ਚੋਣਾਂ ਆ, ਕਾਂਗਰਸ ਕੀ ਇਹ ਕੈਪਟਨ ਸਾਹਿਬ ਦੀ ਅਗਵਾਈ ਦੇ ਵਿੱਚ ਹੀ ਲੜੂਗੇ ਕਿ ਕੋਈ ਹੋਰ ਵੱਡਾ ਲੀਡਰ ਕਾਂਗਰਸ ਨੂੰ ਲੀਡ ਕਰ ਸਕਦਾ? ਇਸੇ ਲੜਾਈ ਦੇ ਵਿੱਚੋਂ ਇਸ ਗੱਲ ਦਾ ਨਿਤਾਰਾ ਹੋਣਾ ਜੀ, ਕਿਉਂਕਿ ਸਵਾਲ ਤਾਂ ਇਹੀ ਆ ਇੱਧਰ ਉੱਧਰ ਕੀ ਬਾਤ ਮਤ ਕਰ, ਹਮੇ ਇਹ ਬਤਾ ਤਾਂ ਕਿ ਕਾਰਵਾ ਕਾਫਲਾ ਕਿ ਰਹਾ ਜਨੋ ਸੇ ਗਰਜ ਨਹੀਂ ਤੇਰੀ ਰਹਿਮਤ ਦਾ ਸਵਾਲ ਹੈ। ਜੀ 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 ਸਵਾਲ ਤਾਂ ਨਵਜੋਤ ਸਿੰਘ ਸਿੱਧੂ ਦਾ ਵੀ ਇੱਥੇ ਆ, 2022 'ਚ ਕਿਹਦਾ ਕੀ ਰੋਲ ਹੋਊਗਾ? ਜਿਹੜੀ ਮੈਂ ਤੁਹਾਨੂੰ ਗੱਲ ਕਹਿ ਰਿਹਾ ਤੀਜੀ ਧਿਰ ਵੀ ਇਹਦੇ ਵਿੱਚ ਇੱਕ ਦਲਤਾਂ ਦੀ ਵੱਖਰੀ ਮੀਟਿੰਗ ਹੋਈ ਆ, ਜਿਹਦੇ ਵਿੱਚੋਂ ਮੈਨੂੰ ਮਹਿਸੂਸ ਲੱਗਦਾ ਵੀ ਜਿਹੜਾ ਕੱਲ੍ਹ ਤੱਕ ਅਮਰਿੰਦਰ ਦੇ ਹੱਕ 'ਚ ਸਿੱਧੂ ਦੇ ਖਿਲਾਫ਼ ਬੋਲਦਾ ਸੀ, ਜਿਹੜਾ ਹੁਣ ਕਹਿਣ ਲੱਗ ਗਿਆ ਮੈਂ ਵੀ ਮੁੱਖ ਮੰਤਰੀ ਬਣ ਸਕਦਾ ਜੇ 22 ਨਿਆਮ ਜਾਂ 27 'ਚ। ਜੀ 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 ਜਿਹੜੀ ਕਸਰਤ ਆ ਨਵਜੋਤ ਸਿੱਧੂ ਦਾ ਜਿਹੜਾ ਵਰਤਾਂਤ ਆ, ਜਿਹੜਾ ਉਹ ਵਿਚਾਰਾਂ ਅਤੇ ਸੁਧਾਰਾਂ ਦੀ ਗੱਲ ਲੈ ਆ ਰਿਹਾ ਸੀ ਉਹਨੂੰ ਸਾਈਡ ਟਰੈਕ ਕਰਨ ਦੀ ਆ, ਅਤੇ ਇਹ ਵੀ ਪੋਸੀਬਲ ਆ
ਤੇ ਉਸ ਤੋਂ ਪਹਿਲਾਂ ਦਲਿਤ ਡਿਪਟੀ ਮੁੱਖ ਮੰਤਰੀ ਬਣ ਜੇ ਪੰਜਾਬ ਦਾ ਚੋਣਾਂ ਤੋਂ ਪਹਿਲਾਂ, ਕਿਉਂਕਿ ਪੰਜਾਬ ਨੂੰ ਏਜੰਡੇ ਦੀ ਲੋੜ ਆ। ਇਹ ਬੰਦਿਆਂ ਦੀ ਮੰਨਣ ਦੀ ਗੱਲ ਕਰਦੇ ਨੇ। ਅੱਜ ਬਿਜਲੀ ਮੰਤਰੀ ਦਾ ਨਵਾਂ ਮਹਿਕਮਾ ਮਿਲ ਜੂ ਕਿਸੇ ਨੂੰ, ਕੀ ਕਰਦੇ ਤੁਸੀਂ 5 ਮਹੀਨਿਆਂ 'ਚ? 5 ਮਹੀਨਿਆਂ 'ਚ ਕੀ ਕਰ ਲਓ? ਠੀਕ ਠੀਕ ਡਿਪਟੀ ਮੁੱਖ ਮੰਤਰੀ ਬਣ ਜੂ ਜੀ, ਉਹ ਕੀ ਕਰਦੇ ਡਿਪਟੀ ਮੁੱਖ ਮੰਤਰੀ? ਜੀ 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 ਪੰਜਾਬ ਦਾ ਮੁੱਖ ਮੰਤਰੀ ਜੱਟ ਸਿੱਖ ਰਿਹਾ। ਜੱਟ ਸਿੱਖ ਤਾਂ ਖੁਦਕੁਸ਼ੀਆਂ ਕਰ ਰਹੇ ਨੇ ਹੁਣ ਜੀ। माली साहब, मेरे को पूरा एक खरड़ा तैयार है, उस किस दिन मैं तुम्हें फिर तकलीफ दूंगा जी। आज खुदकुशियां की गल की है तो मेरे को खरड़ा तैयार है, आप प्रोग्राम जरूर करांगे। माली साहब अपने ना कालर भी जुड़ गए, पर आप एक छोटी जी ब्रेक लेते रुकते हैं, उस तो बाद कालर लवेंगे। दर्शकों साढ़े ना बने हुए हैं मालविंदर माली जी, एक छोटी जी ब्रेक ले रुक रहे हैं, तुम इस तरह बने रहो जस पंजाबी। स्वागत जी तुहाडा सारयां दा फेयर प्रोग्राम ओपन प्लेटफॉर्म। अपने नाल जुड़े हुए ने मालविंदर सिंह माली जी। माली साहब अपने नाल कॉलर जुड़ गए ने। सत श्री अकाल बाजवा साहब, डॉक्टर साहब बहुत बहुत स्वागत जी प्रोग्राम दे विच तुहाडा। हाँ जी, सत श्री अकाल गुरलाल जी ते बलविंदर सिंह, सरदार बलविंदर सिंह नूं वी सत श्री अकाल। मालविंदर सिंह माली जी सारे, हाँ जी सारे दर्शकों नूं वी सत श्री अकाल। सत श्री अकाल। क्वेश्चन मेरा ए है भाई, इन पर्टिकुलर रेफरेंस टू पंजाब ते रेस्ट ऑफ इंडिया जी, भाई पिछले 10 सालों तो 15 सालों तो असी देख रहे हैं कि जिहड़ियां राइट विंग जिहड़ियां धार्मिक सियासत करन दीआं पार्टियां उन्हां दा ग्राफ उत्ते नूं जा रहा सी, जिहदे नतीजे च 370 बन गई, ओह सी ए बन गया, NRC बन गई, जिहड़ा वो शहीन बाग सीगा मोर्चा वो एक हिंदू मुस्लिम वांगू बना के ते वोट बैंक कंसालीडेट होंदा रहा। हुण जिहड़े अजे हालात हैं कंट्री च, फार्मर एजिटेशन, गरीब आदमी मजदूर सड़कां ते है, करोना नाल भी गरीब आदमी बहुत ज़्यादा परेशान है, भी गवर्नमेंट ने उन्हां दा कुछ नहीं किया। मेरा ख्याल इवें है जिहड़ा कि मैं माली साहब नूं पुछदा भी क्या ये एक नवा बदल जिहड़ा सैकुलर ते जिहड़ा अपना लैफ्ट विंग वाले लोग हैं ये सोचते, एक मैं कम्युनिस्ट या CPM नहीं कह रहा, मैं उंज ही कहना कि जिहड़ी कोई गरीबां दी पक्खी जिहड़ी अपनी सोच है उहदा आभार होना चाहिए। जिहड़ी दोबारा जिवें कांग्रेस पार्टी नैशनल पार्टी सीगी, उह दूजिआं नूं लै के जिहड़े किसान है, मजदूर हैं, अपने दूजे हैं, अपने दलित हैं, इन्होंने देखा कि BJP ने किया, ये तो बहुत चंगा एक बड़ा पक्का ग्राउंड बन गया है, इन्होंने पार्टियां कंसालीडेट होना चाहिए। मैं ये पूछता जी, मेरा यह सवाल है भी ये की सच्चाई है, भी ये उभर सकती हैं अगलिया इलेक्शन च पंजाब च भी ते इंडिया च भी? बहुत बहुत धन्यवाद बाजवा साहब तुहाडा। माली साहब अपने को मिनट 3-4 ने, तुसी मेरे को क्वेश्चन बहुत सिगे, पर बाजवा साहब का तुसी बड़े चंगे तरीके ना इन्हां नूं आंसर करो, तो होर बहुत सरोते जिहड़े सुन रहे ने, तो उस तो बाद आपां अगला प्रोग्राम कर रखांगे। देखो जी, एक सवाल इन्हां दा बहुत गंभीर आ ते बहुत संजीदा सवाल आ जी, इस किसान अंदोलन दा मुल्क दी पंजाब दी सियासत ते कोई असर पऊ जां पऊ कहा जां किवें पैणा चाहीदा जी? किसान अंदोलन ने नुक्ते ते गल लिया के फिक्स करती के फैडरल ढांचे का सवाल आ, ये राज्यों के अधिकारों का सवाल आ, कि तुसीं संविधान की उलंघना की जी। जिहड़ी भारत की ठोस हालत आ इहदे विच जमहूरीयत ते फैडरलिज्म ये एक दूजे नाल जुड़े हुए ने। ज्यों ज्यों फैडरलिज्म खत्म करते गए, ताकतां का केंद्रीकरण करते गए, त्यों त्यों जमहूरीयत खत्म होंदी गई, तानाशाही उभरदी गई जी। ज्यों बखरेवें खत्म कर ली, तुसीं हिंदी हिंदू हिंदुस्तान वाली गल उभारी, हिंदूवाद उभारिया, उहदे विचों घट गिणतियां नूं संकट पैदा हो गया, वख-वख कौमां दे सभ्याचारां नूं संकट पैदा हो गया जी। सो इस ने जिथे खालिस्तान का वरतांत सी उहदियां भी जड़ां उखाड़तियां, नाल दी नाल जो इनकलाब का रवायती माडल कम्युनिस्ट पार्टियां लैके आ रही उहदे भी वड्डे सवाल लिया निशान ला दिते जी, कि जे तुसीं फैडरलिज्म दी सियासत करोगे, डेमोक्रेसी की सियासत करोगे, उही आ जिहड़ी ये मुल्क दे विच आपसी जिहड़ी एकता सद्भावना उहनूं फोर्स कर सकदी आ। पर ये दुखांत आ साडा कि खब्बे पक्षी ताकतां, धर्म निरपक्ष ताकतां उहनां ने फैडरलिज्म दे मामले नूं, राज्यां नूं वध अधिकारां दे मामले नूं तलांजली दे रखी आ,
ਉਧਰੋਂ ਨਹੀਂ ਤੁਰ ਰਹੇ ਜਿਹਦੇ ਕਰਕੇ ਖੂਹ ਦੀ ਮਿੱਟੀ ਮੁੜ ਕੇ ਖੂਹ 'ਚ ਲੱਗ ਜਾਂਦੀ ਆ। ਸੋ ਅੱਜ ਮੁਲਕ ਨੂੰ ਫੈਡਰਲ ਇੰਡੀਆ ਤੇ ਡੈਮੋਕ੍ਰੇਟਿਕ ਸਟੇਟ ਇਹਦੀ ਲੋੜ ਆ ਜੀ। ਲੋਕਾਂ ਦੀ ਵੱਧ ਤੋਂ ਵੱਧ ਪਾਰਟਿਸਪੇਸ਼ਨ ਹੋਵੇ ਤਾਂ ਇਕੱਲੇ ਸੂਬਿਆਂ ਕੋਲੇ ਨਹੀਂ ਪਿੰਡ ਪੱਧਰ ਤੱਕ ਲੋਕਾਂ ਕੋਲੇ ਜਾਵੇ ਫੈਸਲੇ ਕਰਨ ਦੀ ਤੇ ਫੈਸਲਿਆਂ 'ਚ ਹਿੱਸਾ ਲੈਣ ਦੀ। ਸੰਖੇਪ ਦੇ ਵਿੱਚ ਆਹ ਸੇਧ ਬਣਦੀ ਆ ਜੀ ਮੇਰੇ ਹਿਸਾਬ ਨਾਲ। ठीक है मलिक साहब, अपने को सिर्फ दो मिनट ने, एक मैं पॉजिटिव गल्लां बहुत सी मेरे को हले आम आदमी पार्टी बाबत तुहाडे कोल मैं क्वेश्चन पूछने सी, पर मैं किसी दिन फिर तुहानू तकलीफ दूंगा। मैं एक पॉजिटिव नोट ते एंड करदा हुंना कि ग्लोबल वार्मिंग वध रही है, तुसी आपदे एरिए च कुछ कर रहे हो कि ज़्यादा तो ज़्यादा रुख लाए जाण ते ताकि आपां मनुखता नू बचा सकीए आने वाली पीढ़ियां दे विच। बिल्कुल तुहाडी गल ठीक है जी। अज जिवें कह रहे हां ना वी ਅੱਜ ਸਾਡੀ ਹੋਂਦ ਨੂੰ ਖਤਰਾ, ਕਿਉਂਕਿ ਇਹ ਜਿਹੜਾ ਹਮਲਾ ਇਹ ਇਕੱਲੇ ਕਿਸਾਨ ਤੇ ਨਹੀਂ, ਭੋਜਨ ਪ੍ਰਣਾਲੀ ਤੇ ਵੀ ਆ, ਦੁਕਾਨਦਾਰਾਂ ਵੀ ਆ, ਤੇ ਇਹਨੇ ਰਸੋਈ ਨੂੰ ਅੱਗ ਲਾਉਣੀ ਆ ਜੀ। ਇਸੇ ਤਰ੍ਹਾਂ ਸਾਡਾ ਵਾਤਾਵਰਨ ਜਿਹੜਾ ਪਲੀਤ ਹੋਇਆ ਇਹ ਵਿਕਾਸ ਮਾਡਲ ਨੇ ਕੀਤਾ, ਇਹ ਸਾਡੇ ਲਈ ਬਹੁਤ ਗੰਭੀਰ ਚਿੰਤਾ ਦਾ ਮਸਲਾ ਜੀ। ਦੇਖੋ ਸਾਡਾ ਸੰਦੇਸ਼ ਤਾਂ ਸ਼ਬਦ ਗੁਰੂ ਸੁਰਤ ਧੁਨ ਚੇਲਾ ਦਾ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤਾ ਜੀ ਜੀ। ਅਸੀਂ ਵਪਾਰ ਦੇ ਪੱਖੋਂ, ਉਤਪਾਦਨ ਵਧਾਉਣ ਦੇ ਪੱਖੋਂ ਤਿੰਨਾਂ ਚੀਜ਼ਾਂ ਤੋਂ ਹੱਥੜ ਹੋ ਗਏ ਜੀ, ਇਹ ਸਾਨੂੰ ਮਾਰ ਪੈ ਰਹੀ ਆ ਜੀ। ਵਾਤਾਵਰਨ ਬਚਾਉਣ ਲਈ ਸਾਨੂੰ ਕੋਈ ਸਰਵਪੱਖੀ ਸਕੀਮ ਵੀ ਬਣਾਉਣੀ ਚਾਹੀਦੀ ਆ, ਜਿੱਥੇ ਸਰਕਾਰਾਂ ਨੂੰ ਵੀ ਯਤਨ ਕਰਨੇ ਚਾਹੀਦੇ ਨੇ, ਵਿਅਕਤੀਗਤ ਪੱਧਰ ਤੇ ਵੀ ਯਤਨ ਕਰਨੇ ਚਾਹੀਦੇ ਨੇ ਜੀ, ਵਿਅਕਤੀਆਂ ਦੇ ਸਮੂਹਕ ਵੱਲੋਂ ਵੀ ਯਤਨ ਕਰਨੇ ਚਾਹੀਦੇ ਨੇ। ਇਕੱਲਾ ਸਰਕਾਰਾਂ ਤੇ ਜੇ ਆਪਾਂ ਛੱਡਾਂਗੇ ਤਾਂ ਇਹ ਮਸਲੇ ਹੱਲ ਨਹੀਂ ਹੋਣੇ ਜੀ ਜੀ। ਸਮਾਜਿਕ ਜਾਗਰੂਕਤਾ ਵੀ ਜ਼ਰੂਰੀ ਆ ਤੇ ਯਤਨ ਵੀ ਜ਼ਰੂਰੀ ਨੇ जी। माली साहब तुसी बहुत वधिया एलाबोरेशन की, बहुत वधिया क्लीयर किया, खास करके जिहड़ी इत्थे हो गलत फहमी जी फैली हुई सी, जिहड़ी किसी बच्ची ना जो भी धक्का होया, पर अज समा इजाजत नहीं दे रहा मेरे कोई तीन चार क्वेश्चन तो मेन होर सीगे जिहड़े तुहाडे तों पुछणे, आपां फिर किस दिन टाइम लवांगे। तुसी अज टाइम कढ़िया, तुहाडा बहुत बहुत धन्यवाद, परमात्मा तुहानू चढ़दी कला च रखे जी। धन्यवाद धन्यवाद। दर्शक ने मालविंदर सिंह माली, इन्हों का बहुत बहुत धन्यवाद, इन्होंने टाइम कढ़िया। तो दर्शकों, पॉजिटिव सोच से बने रहना, एक गरीब परिवार चो उठ के IAS ऑफिसर बनने वाला एक डिस्ट्रिक्ट कलैक्टर महाराष्ट्र के, ਉਹ ਤਿੰਨ ਚਾਰ ਮਹੀਨੇ ਜਦੋਂ ਲੋਕ ਇਲੈਕਸ਼ਨਾਂ 'ਚ ਬਿਜੀ ਸੀਗੇ ਜਾਂ ਕਿਤੇ ਹੋਰ ਬਿਜੀ ਸੀ, ਉਹਨੇ ਆਕਸੀਜਨ ਦੇ ਪਲਾਂਟ ਆਪਦੇ ਖੁਦ ਦੇ ਖਰਚੇ 'ਤੇ ਲਵਾਏ ਕੁਝ ਸਰਕਾਰ ਦੇ, ਅਤੇ ਜਿਸ ਜ਼ਿਲ੍ਹੇ ਦੇ ਵਿੱਚ ਡਿਸਟ੍ਰਿਕਟ ਕਮਿਸ਼ਨਰ ਹੈ ਉੱਥੇ ਬਾਹਰਲੇ ਜ਼ਿਲ੍ਹਿਆਂ ਤੋਂ ਆ ਕੇ ਵੀ ਲੋਕ ਆਕਸੀਜਨ ਲੈ ਰਹੇ ਨੇ। ਮੇਰੇ ਕਹਿਣ ਦਾ ਭਾਵ, ਪੋਜ਼ਿਟਿਵ ਸੋਚ 'ਤੇ ਬਣੇ ਰਹੋ, ਕੱਲ੍ਹ ਨੂੰ ਫਿਰ ਮਿਲਦੇ ਹਾਂ ਕਿਸੇ ਵਧੀਆ ਮੁੱਦੇ 'ਤੇ। ਅੱਜ ਦਾ ਟਾਈਮ ਇੱਥੇ ਤੱਕ ਸੀ, ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਅਤੇ ਸ਼ਬਾ ਖੈਰ।